ਗਰੇ ਬੈਂਡ ਆਏ ਮੇਰੀ ਫਾਈਲ ਵਗੈਰਾ ਦਾ ਪ੍ਰੋਸੈਸ ਸ਼ੁਰੂ ਹੋਇਆ ਤੇ ਮੇਰਾ ਮੈਡੀਕਲ ਹੋ ਗਿਆ ਆਫਰ ਲੈਟਰ ਆ ਗਿਆ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਮਝਾਇਆ ਬੈਠ ਕੇ ਕਿ ਇੱਥੇ ਜੇ ਤੂੰ ਮੇਰੇ ਨਾਲ ਮਤਲਬ ਮੋੜਣਾ ਮੋੜਾ ਜੋੜ ਕੇ ਚੱਲੇਂਗੀ ਇੱਕ ਮੇਰੀ ਆਪਦੀ ਚੁਆਇਸ ਸੀਗੀ ਮਤਲਬ ਉਹਨੂੰ ਬਾਹਰ ਨੂੰ ਠੁਕਰਾ ਦੇਣਾ ਪਰਵਾਰ ਦੇ ਵਿੱਚ ਅੱਜ ਜਿਹੜਾ ਬੰਦਾ ਰੋਟੀ ਖਾ ਰਿਹਾ ਹੈਗਾ ਬੈਠ ਕੇ ਉਹ ਸਭ ਤੋਂ ਸਫਲ ਹੈ ਅੱਜ ਕੱਲ ਕੀ ਹੈਗਾ ਬੱਚੇ ਬਾਹਰ ਚੱਲ ਜਾਂਦੇ ਨੇ ਮਾਪੇ ਪਿੱਛੇ ਰਹਿ ਜਾਂਦੇ ਹੈਗੇ ਕੋਈ ਮਤਲਬ ਬਿਲਕੁਲ ਦੇ ਰਹੇ ਰਹਿੰਦੇ ਹੈਗੇ ਬੱਚੇ ਇੱਥੇ ਕੋਈ ਵਾਰ ਕੋਈ ਨਾ ਰਬ ਨਾ ਕਰੇ ਕੋਈ ਕੋਈ ਇਹ ਜੀ ਗੱਲ ਹੋ ਜਾਂਦੀ ਹੈ ਕਿ ਬਈ ਕਈ ਵਾਰ ਬੱਚਾ ਤੋਂ ਨਹੀਂ ਵੀ ਆਇਆ ਤਾਂ ਉੱਥੇ ਕਿਸੇ ਨਾ ਕਿਸੇ ਫੀਲ ਹੁੰਦਾ ਕਿ ਮੈਂ ਹਾਂ ਮੈਂ ਬਾਹਰ ਆ ਕੇ ਕੁਝ ਗਲਤੀ ਕਰ ਲਈ ਪੁੱਤ ਨਾਲੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਨੂੰ ਨਹੀਂ ਦੋਨਾਂ ਨੂੰ ਬਰਾਬਰ ਨਹੀਂ ਇਹ ਹੁੰਦੀ ਹੈ ਨਾ ਕਿ ਜਦੋਂ ਆਹ ਇਹ ਇਹ ਤਿੰਨ ਥੋੜਾ ਘੱਟ ਪਿਆਰ ਦਿੱਤਾ ਜਾਂਦਾ ਨਹੀਂ ਉਹ ਬਰਾਬਰ ਹੈ ਵੈਸੇ ਉਹ ਥੋੜਾ ਜਿਹਾ ਬਦਲ ਲੈ ਜਾਂਦੀ ਹੈ ਕਿਉਂਕਿ ਇਹ ਸਾਡੇ ਨਾਲ ਰਹਿੰਦੀ ਹੈ ਅੱਛਾ ਉਹ ਥਾਲਾ ਲਫੰਗਾ ਹੈਗਾ ਉਹ ਨਿਕਲ ਜਾਂਦਾ ਹੈਗਾ ਜੇ ਬਾਹਣ ਬੋਣਾ ਧੁੱਪ ਹੈ ਉਹ ਨਿਕਲ ਜਾਂਦਾ ਇਹਨੂੰ ਫਸਾ ਜਾਂਦਾ ਕਿ ਸਾਨੂੰ ਬਾਹਣ ਬੋਣਾ ਪੈਂਦਾ ਉਹ ਕਦੇ ਇਹੋ ਜਿਹਾ ਅਹਿਸਾਸ ਹੋਇਆ ਸੀ ਜਦੋਂ ਮੈਂ ਤਾਂ ਸੁੱਖ ਸੁੱਖ ਦੇ ਲਈ ਹੈ ਅੱਛਾ ਯਕੀਨ ਮੰਨਿਓ ਮੈਂ ਸਾਡੇ ਗੁਰਦੁਆਰੇ ਸਾਡੇ ਡੇਰ ਆ ਉੱਥੇ ਸੁੱਖ ਸੁੱਖੀ ਵੀ ਕੁੜੀ ਹੋ ਜੇ ਅੱਛਾ ਉਦੋਂ ਬਾਅਦ ਅਸੀਂ ਪਾਰਟੀ ਕਰੀ ਇਹਦੀ ਅੱਛਾ ਹਾਂ ਮੰਗ ਕੇ ਲਈਏ ਜੀ ਕੁੜੀ ਅਸੀਂ ਤੁਸੀਂ ਯਕੀਨ ਮੰਨਿਓ ਉਹਨਾਂ ਲੋਕਾਂ ਦਾ ਜਾਦੇ ਨਾ ਥੋੜਾ ਜਿਹਾ ਵੀ ਆਪਦੇ ਬੱਚਿਆਂ ਨੂੰ ਜਾਦੇ ਸਹੂਲ ਕਰ ਲਿਆ ਹੂੰ ਥੋਕਨੀ ਤਾਂ ਹੈ ਕਿ ਤਾਂ ਪੜ੍ਹਾਈਆਂ ਹੋ ਗਈਆਂ ਜਿਹੜੇ ਉਹ ਦੂਜੇ ਅੰਗਰੇਜ਼ੀ ਸਕੂਲਾਂ ਚ ਹੋ ਗਈਆਂ ਦੂਜਾ ਉਹਨਾਂ ਨੇ ਸਹੂਲ ਕਰ ਲਏ ਵੀ ਮੈਂ ਤਾਂ ਕਹਿੰਦਾ ਵੀ ਜਵਾਕਾਂ ਨੂੰ ਆਪਣੇ ਖੇਤਾਂ ਦੇ ਵਿੱਚ ਨਾਲ ਰੱਖੋ ਜਿੰਨਾ ਉਹਨੂੰ ਮਤਲਬ ਕਹਿੰਦੇ ਹੁੰਦੇ ਨੇ ਸਿਆਣੇ ਵੀ ਜਿੰਨਾ ਬਲਦ ਨੂੰ ਚੰਡੋਗੇ ਉਨਾ ਹੀ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੁਰਖਾਪ ਟੀਵੀ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਖੇਤਾਂ ਦੇ ਵਿੱਚ ਕੀ ਕਰ ਰਹੇ ਹਾਂ ਜਿਵੇਂ ਕੁਝ ਕਿ ਤਸਵੀਰਾਂ ਤੁਹਾਨੂੰ ਇੱਕ ਧੀ ਦੀਆਂ ਦਿਖਾਈਆਂ ਜੋ ਖੇਤੀ ਦਾ ਕੰਮ ਆਪ ਕਰਦੀ ਹੈ ਟਰੈਕਟਰ ਵਾਹੀ ਖੇਤਾਂ ਦੇ ਵਿੱਚ ਕੱਦੂ ਹੋ ਗਿਆ ਸਾਰੀ ਫਸਲ ਧੀ ਆਪ ਅਗੋਂਦੀ ਹੈ ਪਰ ਜੇਕਰ ਉਹ ਧੀ ਦੀ ਗੱਲ ਕਰਾਂ ਉਹ ਪੰਜਾਬ ਦੇ ਪਿੰਡ ਦੀ ਧੀ ਜ਼ਿਲ੍ਹਾ ਸੰਗਰੂਰ ਦੀ ਧੀ ਕੋਨੋਈ ਪਿੰਡ ਹੈ ਉਸ ਦਾ ਤੇ ਉਸ ਦੇ ਪਿਤਾ ਜੀ ਦਾ ਨਾਮ ਹਰਮਿਲਾਪ ਸਿੰਘ ਹੈ ਪਰਿਵਾਰ ਦਾ ਪਾਲਣ ਪੋਸ਼ਣ ਇੰਨਾ ਵਧੀਆ ਹੁੰਦਾ ਹੈ ਕਿ ਉਹ ਧੀ ਨੂੰ ਇੱਕ ਪੁੱਤ ਦਾ ਦਰਜਾ ਦੇ ਦਿੱਤਾ ਜਾਂਦਾ ਹੈ ਇੱਕ ਪਿਓ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਦਾ ਤੇ ਆਪਣੀ ਧੀ ਨੂੰ ਚੰਗੀ ਪੜ੍ਹਾਈ ਲਿਖਾਈ ਵੀ ਕਰਾਉਂਦਾ ਤੇ ਜਿੱਥੇ ਸਾਡਾ ਸਮਾਜ ਧੀਆਂ ਨੂੰ ਕੁੱਖਾਂ ਦੇ ਵਿੱਚ ਮਾਰਦਾ ਹੈ ਪਰ ਇੱਕ ਧੀ ਅਮਨਦੀਪ ਕੌਰ ਵਰਗੀ ਵੀ ਹੈ ਜੋ ਹਰ ਕੰਮ ਪੁੱਤਰਾਂ ਵਾਂਗ ਆਪਣੇ ਪਿਓ ਨਾਲ ਕਰਵਾਉਂਦੀ ਹੈ ਤੇ ਆਪਣੇ ਪਿਓ ਦਾ ਸਹਿਯੋਗ ਕਰਾਉਂਦੀ ਹੈ ਅੱਜ ਉਸੇ ਧੀ ਨੂੰ ਤੁਹਾਨੂੰ ਮਿਲਾਵਾਂਗੇ ਅਮਨਦੀਪ ਕੌਰ ਮੇਰੇ ਨਾਲ ਹੋਊ ਅੱਜ ਜਾਣਕਾਰੀ ਲਈ ਦੱਸਦਾ ਕਿ ਹਰ ਇੱਕ ਦਾ ਸੁਪਨਾ ਹੁੰਦਾ ਹੈ ਵਿਦੇਸ਼ਾਂ ਦੇ ਵਿੱਚ ਜਾਣ ਦਾ ਕਿ ਮੈਂ ਜਹਾਜ਼ਾਂ ਦੀ ਸੈਰ ਕਰਾਂ ਸੱਤ ਸਮੁੰਦਰ ਪਾਰ ਜਾ ਕੇ ਜਿਹੜੇ ਵਿਦੇਸ਼ੀ ਮੁਲਕ ਨੇ ਉਹਨਾਂ ਦੀ ਸੈਰ ਕਰਾਂ ਉੱਥੇ ਜਾ ਕੇ ਪੜਾਂ ਲਿਖਾਂ ਤੇ ਆਪਣਾ ਭਵਿੱਖ ਹੈ ਜਿਹੜਾ ਉਜਵਲ ਕਰ ਸਕਾਂ ਪਰ ਇਹ ਧੀ ਦੀ ਸੋਚ ਬੜੀ ਵੱਖਰੀ ਹੈ ਇਹਦਾ ਆਫਰ ਲੈਟਰ ਵੀ ਆ ਜਾਂਦਾ ਬਾਹਰ ਜਾਣ ਦਾ ਸੁਪਨਾ ਵੀ ਪੂਰਾ ਹੋ ਜਾਂਦਾ ਪਰ ਪਤਾ ਨਹੀਂ ਜ਼ਹਿਨ ਦੇ ਵਿੱਚ ਕੀ ਆਉਂਦਾ ਕਿ ਅਮਨਦੀਪ ਉਹ ਸਭ ਕੁਝ ਛੱਡ ਛੜਾ ਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਿਤਾ ਜੀ ਦੇ ਨਾਲ ਖੇਤੀ ਕਰਨ ਲੱਗ ਜਾਂਦੀ ਹੈ ਬਚਪਨ ਤੋਂ ਹੀ ਅਮਨਦੀਪ ਕੌਰ ਨੂੰ ਖੇਤੀ ਦਾ ਸ਼ੌਂਕ ਹੈ ਅੱਜ ਉਸੇ ਧੀ ਨਾਲ ਤੁਹਾਨੂੰ ਮਿਲਾਵਾਂਗੇ ਅੱਜ ਉਸੇ ਧੀ ਦੇ ਪੇਤਾ ਨਾਲ ਤੁਹਾਨੂੰ ਮਿਲਾਵਾਂਗੇ ਕਿ ਕੀ ਕੀ ਉਸਦੇ ਬਾਪ ਦੇ ਸੁਪਨੇ ਨੇ ਆਪਣੀ ਧੀ ਪ੍ਰਤੀ ਜਿੱਥੇ ਸਮਾਜ ਇਹ ਸਮਝਦਾ ਹੈ ਕਿ ਧੀਆਂ ਕਦੇ ਵੀ ਪੁੱਤਰਾਂ ਦਾ ਬਰਾਬਰ ਦਾ ਦਰਜਾ ਨਹੀਂ ਲੈ ਸਕਦੀਆਂ ਪਰ ਇਹ ਵੀਡੀਓ ਉਹ ਲੋਕਾਂ ਦੇ ਮੂੰਹ ਤੇ ਚਪੇੜ ਹੋ ਜਿਹੜੇ ਲੋਕ ਸੋਚਦੇ ਆ ਕਿ ਧੀਆਂ ਨੂੰ ਬਰਾਬਰ ਦਾ ਦਰਜਾ ਪੁੱਤਰਾਂ ਦੇ ਨਹੀਂ ਦਿੱਤਾ ਜਾ ਸਕਦਾ ਸਾਡੇ ਨਾਲ ਮੌਜੂਦ ਹੈ ਅਮਨਦੀਪ ਕੌਰ ਉਹਦੇ ਨਾਲ ਗੱਲਬਾਤ ਕਰਦੇ ਆ ਅਮਨਦੀਪ ਸਭ ਤੋਂ ਪਹਿਲਾਂ ਤਾਂ ਸਰਖਾਬ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਸਾਡਾ ਬਹੁਤ-ਬਹੁਤ ਬ੍ਰਾਦਰ ਤੇ ਅਮਨਦੀਪ ਜੀ ਮੈਂ ਤੁਹਾਨੂੰ ਪਹਿਲਾ ਸਵਾਲ ਕਰਾਂ ਕਿ ਅੱਜ ਦੇ ਸਮੇਂ ਦੇ ਵਿੱਚ ਪਿਛਲੇ ਦੌਰ ਦੀ ਵੀ ਗੱਲ ਕਰ ਲਈਏ ਤਾਂ ਸਾਡਾ ਸਮਾਜ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੰਦਾ ਉਹ ਕਿਤੇ ਨਾ ਕਿੱਥੇ ਤਾਂ ਅਸੀਂ ਖੁੱਲ ਕੇ ਤਾਂ ਕਹਿ ਦਿੰਨੇ ਆ ਕਿ ਧੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਸਮਾਜ ਦੇ ਵਿੱਚ ਪਰ ਜੇ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਬਿਲਕੁਲ ਕੁਝ ਵੱਖਰੀ ਹੁੰਦੀ ਹੈ ਜੇਕਰ ਤੁਹਾਡੇ ਪਰਿਵਾਰ ਦੀ ਗੱਲ ਕਰ ਲਈਏ ਪਰਿਵਾਰ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਆ ਕਿ ਯੋ ਮੈਂ ਤੁਹਾਡੇ ਪਹਿਲਾਂ ਪਿਤਾ ਜੀ ਨਾਲ ਵੀ ਗੱਲ ਕਰ ਰਿਹਾ ਸੀ ਉਹਨਾਂ ਦਾ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਹਨੂੰ ਕਦੇ ਆਪਣੀ ਧੀ ਸਮਝੀ ਨਹੀਂ ਇਹਨੂੰ ਟਰੈਕਟਰ ਚਲਾਉਣਾ ਕਦੂ ਕਰਨਾ ਰੇਪ ਪਾਉਣੀ ਖੇਤਾਂ ਦੇ ਵਿੱਚ ਉਹ ਸਾਰੇ ਕੰਮ ਸਿਖਾਏ ਆ ਇਹ ਸ਼ੌਂਕ ਕਿੱਥੋਂ ਪਿਆ ਖੇਤੀ ਦਾ ਜਦੋਂ ਮੇਰਾ ਛੋਟੇ ਹੁੰਦੇ ਤੋਂ ਜਿੱਦਾਂ ਹਨਾ ਕਿਸਾਨ ਪਰਿਵਾਰ ਦੇ ਕਿਸਾਨ ਪਰਿਵਾਰ ਤੋਂ ਸੀਗੇ ਤਾਂ ਉਦੋਂ ਛੋਟੇ ਹੁੰਦੇ ਬਚਪਨ ਤੋਂ ਹੀ ਖੇਤਾਂ 'ਚ ਚਲੇ ਜਾਣਾ ਕਈ ਵਾਰ ਘਰ ਦੇ ਨਾਲ ਕਹਿ ਦੇਣਾ ਵੀ ਆ ਚਾਹ ਫੜਾਇਆ ਜਾ ਕੇ ਜਾਂ ਆ ਰੋਟੀ ਪਾਣੀ ਦੇ ਆ ਜਾਂ ਪਾਣੀ ਫੜਾਇਆ ਤਾਂ ਉਤੋਂ ਚਲੇ ਜਾਣਾ ਨਾਲ ਡੈਡੀ ਦੇ ਬੈਠ ਜਾਣਾ ਜਦੋਂ ਵੀ ਸਾਰਾ ਮਤਲਬ ਫਾਦਰ ਸਾਹਿਬ ਦੱਸਦੇ ਰਹਿੰਦੇ ਵੀ ਇੱਥੋਂ ਐਵੇਂ ਕਰਨਾ ਹੈ ਇੱਥੋਂ ਇਹ ਮੋੜਨਾ ਹੈ ਇੱਥੋਂ ਐਵੇਂ ਇਹ ਘਰ ਚ ਰੱਖਣਾ ਹੈ ਇੱਥੋਂ ਐਵੇਂ ਉਤੋਂ ਤਾਂ ਹੌਲੀ ਹੌਲੀ ਸਿੱਖਦੇ ਗਏ ਇੱਕ ਜਣਾ ਰੁਚੀ ਬਣ ਗਈ ਉਤੋਂ ਦੀ ਮੇਰੀ ਕਿ ਹਾਂ ਵੀ ਇੱਕ ਜਿੱਦਾਂ ਜਨੂਨ ਹੁੰਦਾ ਉਦੋਂ ਦਾ ਮੇਰਾ ਇੱਕ ਜਨੂਨ ਬਣ ਗਿਆ ਕਿ ਹਾਂ ਖੇਤੀ ਦੇ ਵਿੱਚ ਆਉਣ ਦਾ अच्छा ਤੇ ਫਿਰ ਜਿਹੜਾ ਟਰੈਕਟਰ ਚਲਾਉਣ ਦਾ ਟਰੈਕਟਰ ਚਲਾਉਣ ਦਾ ਸ਼ੌਂਕ ਆਇਆ ਮੈਂ ਹੁਣ ਦੇਖ ਰਿਹਾ ਸੀਗਾ ਜੀਪ ਦਾ ਵੀ ਸ਼ੌਂਕ ਹੈ ਤੇ ਸਾਰੇ ਸ਼ੌਂਕ ਮੁੰਡਿਆਂ ਵਾਲੇ ਨੇ ਕਦੇ ਇਹ ਨਹੀਂ ਸੁਣਨ ਲੋਕਾਂ ਤੋਂ ਮਿਲਿਆ ਕਿ ਤੂੰ ਕੁੜੀਆਂ ਕੁੜੀ ਬਣ ਕੇ ਰਿਹਾ ਕਰ ਮੁੰਡਿਆਂ ਵਾਂਗੂ ਨਾ ਵਿਚਰਿਆ ਕਰ ਨਹੀਂ ਐਦਾਂ ਤਾਂ ਮੈਨੂੰ ਬਿਲਕੁਲ ਵੀ ਨਹੀਂ ਕਿਹਾ ਗਿਆ ਵੀ ਜਾਂ ਤੂੰ ਕੁੜੀਆਂ ਵੀ ਤੂੰ ਇੱਧਰ ਨਹੀਂ ਜਾਣਾ ਜਾਂ ਉੱਧਰ ਨਹੀਂ ਜਾਣਾ ਤਾਂ ਐਵੇਂ ਨਹੀਂ ਕਰਨਾ ਮੈਨੂੰ ਐਦਾਂ ਦਾ ਕੋਈ ਮੈਂ ਐਦਾਂ ਦੀ ਮੇਰੀ ਪਰਪ੍ਰਿਸ਼ ਨਹੀਂ ਹੋਈ ਮੈਨੂੰ ਛੋਟੇ ਅੰਦਰ ਤੇ ਜਿੱਦਾਂ ਮੁੰਡਿਆਂ ਵਾਂਗੂ ਰੱਖਿਆ ਗਿਆ ਮੈਨੂੰ ਕੋਈ ਜਿੱਦਾਂ ਮਤਲਬ ਮੇਰੇ ਭਾਈ ਲਈ ਜਿਹੜੀ ਚੀਜ਼ ਆਉਂਦੀ ਉਹ ਹੀ ਮੇਰੇ ਲਈ ਆਉਂਦੀ ਤਾਂ ਕਿੰਨੇ ਭੈਣ ਭਰਾ ਹੋ ਤੁਸੀਂ ਅਸੀਂ ਦੋ ਭੈਣ ਭਰਾ ਹਾਂ ਅੱਛਾ ਭਰਾ ਵੱਡਾ ਹੈ ਜਾਂ ਛੋਟਾ ਆ ਭਰਾ ਵੱਡਾ ਹੈਗਾ ਅੱਛਾ ਹਾਂਜੀ ਤੇ ਉਥੋਂ ਤੋਂ ਹੀ ਮਤਲਬ ਜਿੱਦਾਂ ਉਹਨਾਂ ਨੇ ਸਾਨੂੰ ਦੱਸ ਡੈਡੀ ਹੋਰਾਂ ਨੇ ਜਿੱਦਾਂ ਆਪਸ ਚ ਲੜ ਪੈਂਦੇ ਭੈਣ ਭਾਈ ਤਾਂ ਮੈਂ ਉਹਨੂੰ ਕੁੱਟ ਦੇਣਾ ਤਾਂ ਉਥੋਂ ਤੋਂ ਹੀ ਕਿ ਮੈਂ ਡੈਡੀ ਕਹਿ ਦਿੰਦਾ ਕਿ ਤੂੰ ਹਾਂ ਜ਼ਿਆਦਾ ਸਟਰੋਂਗ ਹੈ ਤਾਂ ਉਥੋਂ ਤੋਂ ਹੀ ਹੋਈ ਗਿਆ ਵੀ ਹਾਂ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਹੂੰ ਤੇ ਇੱਕ ਸੋਚ ਹੁੰਦੀ ਹੈ ਕਿ ਜਿਹੜੀ ਲੋਕ ਨੂੰ ਛੋਟਾ ਜਾਂ ਵੱਡਾ ਕਰਦੀ ਹੈ ਬਿਲਕੁਲ ਤੇ ਜੇ ਮੈਂ ਗੱਲ ਕਰਾਂ ਅਮਨਦੀਪ ਆਜੋ ਅੱਗੇ ਤੇ ਜੇ ਮੈਂ ਗੱਲ ਕਰਾਂ ਕਿ ਇਹ ਗੱਲ ਅਕਸਰ ਦੇਖੀ ਜਾਂਦੀ ਹੁੰਦੀ ਹੈ ਕਿ ਮਾਪਿਓ ਜਿਹੜਾ ਫਰਕ ਸਮਝਦੇ ਆ ਬੱਚਿਆਂ ਦੇ ਵਿੱਚ ਵੀ ਕਿ ਇਹ ਧੀ ਹੈ ਇਹ ਪੁੱਤਰ ਹੈ ਪਰ ਤੁਸੀਂ ਤਾਂ ਉਹ ਬਿਲਕੁਲ ਫਰਕ ਮਟਾਇਆ ਹੋਇਆ ਕਦੇ ਇਹ ਨਹੀਂ ਤੁਹਾਡੀਆਂ ਸਹੇਲੀਆਂ ਵੀ ਕਹਿੰਦੀਆਂ ਹੋਣਗੀਆਂ ਕਿ ਤੂੰ ਸਾਰਾ ਕੰਮ ਮੁੰਡਿਆਂ ਵਾਲੇ ਕਰ ਲੈਣੀ ਹੈ ਤੇ ਤੈਨੂੰ ਕੰਮ ਨਹੀਂ ਕਰਨੇ ਚਾਹੀਦੇ ਨਹੀਂ ਐਦਾਂ ਦਾ ਬਿਲਕੁਲ ਵੀ ਨਹੀਂ ਕਿਹਾ ਹੈ ਕਿਉਂਕਿ ਉਹਨਾਂ ਨੂੰ ਜਦੋਂ ਉਹ ਦੇਖਦੇ ਆ ਮੈਨੂੰ ਤਾਂ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਕਿ ਉਹ ਥੋੜਾ ਜਿਹਾ ਅੱਡ ਕੰਮ ਕਰ ਰਹੀ ਆ ਮੈਂ ਉਹ ਮੈਨੂੰ ਕਹਿੰਦੇ ਆ ਕਿ ਵੀ ਤੇ ਤੇਰੇ ਘਰਦਿਆਂ ਦੀ ਜਾਂ ਕਿ ਸੋਚ ਬਹੁਤ ਚੰਗੀ ਹੈਗੀ ਕਿ ਜਿਹੜਾ ਤੈਨੂੰ ਇੱਕ ਮਤਲਬ ਮੁੰਡਿਆਂ ਵਾਂਗੂ ਰੱਖਦੇ ਨੇਗੇ ਤਾਂ ਮੈਨੂੰ ਵੀ ਬਹੁਤ ਖੁਸ਼ੀ ਹੁੰਦਾ ਕਿ ਜਿੱਦਾਂ ਵੀ ਮੇਰੀ ਪਰਵਰਿਸ਼ ਹੋਈ ਹੈ ਮੇਰੇ ਫਾਦਰ ਸਾਹਿਬ ਮੇਰੇ ਘਰ ਦੇ ਤਾਂ ਮੈਨੂੰ ਬਹੁਤ ਸਪੋਰਟ ਕਰਦੇ ਨੇ ਹਰ ਕੋਈ ਵੀ ਫੀਲਡ ਹੈ ਮੈਨੂੰ ਹਰ ਇੱਕ ਮਤਲਬ ਸਪੋਰਟ ਮਿਲੀ ਹੈਗੀ ਬਿਲਕੁਲ ਜੇ ਮੈਂ ਗੱਲ ਕਰਾਂ ਖੇਤੀ ਦੇ ਕਿਹੜੇ ਕਿਹੜੇ ਕੰਮ ਕਰ ਲੈਨੇ ਤੁਸੀਂ ਖੇਤੀ ਨਾਲ ਜੁੜੇ ਹੋਏ ਅ ਜਿੱਦਾਂ ਵੀਰੇ ਸਾਰੇ ਜਿੱਦਾਂ ਕਦੂ ਵਗੈਰਾ ਹੋ ਗਿਆ ਆਪਣਾ ਹੋਰ ਰੇ ਸਪਰੇਹਾਂ ਦਾ ਹੋ ਜਾਂਦਾਗਾ ਅ ਬਾਕੀ ਬੋਹਣ ਕਰਨ ਦਾ ਬਾਕੀ ਡੰਗਰਾਂ ਕਰਦੇ ਡੰਗਰ ਪਸ਼ੂ ਦਾ ਉਹ ਸਾਰਾ ਘਰ ਰੋਟੀ ਪਾਣੀ ਦਾ ਵੀ ਹੁੰਦਾ ਹੀ ਹੈ ਚਲੋ ਅੱਛਾ ਹਾਂਜੀ ਮਤਲਬ ਘਰ ਦੇ ਕੰਮਾਂ ਤੋਂ ਲੈ ਕੇ ਖੇਤੀ ਦੇ ਕੰਮ ਸਾਰੇ ਕਰ ਲੈਨੇ ਹੋਣਾ ਤੇ ਜੇ ਮੈਂ ਗੱਲ ਕਰਾਂ ਕਿ ਪਹਿਲਾ ਜਦੋਂ ਪਤਾ ਲੱਗਿਆ ਕਿ ਮੈਂ ਇਹ ਕੰਮ ਕਰਨਾ ਹੈ ਖੇਤੀ ਦੇ ਵਿੱਚ ਪੈਣਾ ਪਹਿਲਾ ਕਹੇ ਜਾ ਸਮਾਂ ਸੀ ਪਹਿਲਾ ਕਹੇ ਜਾ ਅਹਿਸਾਸ ਸੀ ਜਦੋਂ ਇਹ ਖੇਤੀ ਵਾਲਾ ਕੰਮ ਸ਼ੁਰੂ ਕੀਤਾ ਅ ਮੈਂ ਐਕਚੁਅਲੀ ਜਦੋਂ ਮੇਰੀ ਪਲੱਸ 2 ਹੋਈ ਤਾਂ ਮੈਂ ਬਾਹਰ ਜਾਣ ਦੀ ਸੋਚੀ ਤੇ ਉਦੋਂ ਮੈਂ ਜਦੋਂ ਆਈਲਟਸ ਕੀਤੀ ਤਾਂ ਮੇਰੇ ਬੈਂਡ ਆਏ ਮੇਰੀ ਫਾਈਲ ਵਗੈਰਾ ਦਾ ਪ੍ਰੋਸੈਸ ਸ਼ੁਰੂ ਹੋਇਆ ਤੇ ਮੇਰਾ ਮੈਡੀਕਲ ਹੋ ਗਿਆ ਆਫਰ ਲੈਟਰ ਆ ਗਿਆ ਤੇ ਉਦੋਂ ਮੈਨੂੰ ਮਿਰਫਾਦਾ ਸਾਹਿਬ ਨੇ ਬਹਿ ਕੇ ਸਮਝਾਇਆ ਕਿ ਇੱਥੇ ਵੀ ਰਹਿ ਕੇ ਬਹੁਤ ਖੁਸ਼ ਆ ਵੀ ਇੱਥੇ ਜੇ ਆਪਾਂ ਮਿਹਨਤ ਕਰੀਏ ਤਾਂ ਇੱਕ ਬੰਦਾ ਮਤਲਬ ਬਹੁਤ ਤਰੱਕੀ ਕਰ ਸਕਦਾ ਹੈ ਤਾਂ ਉਦੋਂ ਮੈਂ ਇੱਕ ਗੱਲ ਲੜ ਬੰਨ ਲਈ ਕਿ ਸਿਆਣਿਆਂ ਨੇ ਸੱਚ ਹੀ ਗਏ ਹੈ ਗੱਲ ਤਾਂ ਹੁਣ ਜਿੱਦਾਂ ਕੰਮ ਕਰਦੇ ਆਗੇ ਕੰਮ ਕਰਦੀ ਆ ਮੈਂ ਖੁਦ ਮੈਨੂੰ ਚੰਗਾ ਲੱਗਦਾ ਜਦੋਂ ਪਰਿਵਾਰ ਚ ਬਹਿਣਾ ਇਹ ਵੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਕਿ ਪਰਿਵਾਰ ਚ ਬਹਿ ਕੇ ਰੋਟੀ ਪਾਣੀ ਖਾਣਾ ਹੱਸਣਾ ਖੇਡਣਾ ਤਾਂ ਮੈਨੂੰ ਇੱਕ ਮਤਲਬ ਹੁਣ ਖੁਸ਼ੀ ਹੁੰਦੀ ਹੈ ਕਿ ਮੈਂ ਉਹ ਆਈਡੀਆ ਨੂੰ ਡ੍ਰੌਪ ਕਰਕੇ ਮੈਂ ਇਧਰ ਆਉਣ ਦਾ ਫੈਸਲਾ ਕੀਤਾ ਬਿਲਕੁਲ ਕੈਨੇਡਾ ਵਾਲੀ ਸਫਰ ਤੇ ਆਪਾਂ ਬਾਅਦ ਚੋਂ ਜਾਣਿਆ ਪਹਿਲਾ ਮੇਰਾ ਇਹ ਸਵਾਲ ਹੈ ਕਿ ਇਹ ਸ਼ੁਰੂਆਤ ਕਦੋਂ ਹੋਈ ਜਦੋਂ ਤੁਹਾਨੂੰ ਖੇਤੀ ਲਾਈਨ ਦੇ ਨਾਲ ਖੇਤੀ ਕਿਤੇ ਦੇ ਨਾਲ ਤੁਹਾਡੇ ਪਰਿਵਾਰ ਵੱਲੋਂ ਜੋੜਿਆ ਗਿਆ ਅ ਜਦੋਂ ਮੈਂ ਤੁਹਾਨੂੰ ਦੱਸਾਂ ਪਹਿਲਾਂ ਹੀ ਕਿ ਮੇਰੀ ਬਚਪਨ ਤੋਂ ਹੀ ਥੋੜੀ ਜਿਹੀ ਰੁਚੀ ਸੀਗੀ ਕਿਹੜੀ ਕਲਾਸ ਚ ਸੀ ਉਦੋਂ ਉਦੋਂ 5ਵੀਂ 6ਵੀਂ ਚ ਹੁੰਦੇ ਸੀਗੇ ਜਦੋਂ ਆਪਾਂ ਜਦੋਂ ਚਾਹ ਪਾਣੀ ਫੜਾਉਣ ਜਾਂਦੇ ਹੁੰਦੇ ਉਹ ਉਦੋਂ ਹੌਲੀ ਹੌਲੀ ਜਦੋਂ 10ਵੀਂ 11ਵੀਂ ਚ ਆ ਗਏ ਉਦੋਂ ਮਤਲਬ ਸਿੱਖਣ ਲੱਗੇ ਵੀ ਕੱਲ੍ਹ ਨੇ ਡੈੜੀ ਦੇ ਖੇਤ ਚ ਟਰੈਕਟਰ ਫੜਾ ਦੇਣਾ ਵੀ ਜਦ ਤੂੰ ਘਰੇ ਲਈ ਆਈ ਐਵੇਂ ਵੀ ਮਤਲਬ ਨਾਲ ਬੈਠ ਜਾਂਦੇ ਤਾਂ ਨਾਲ ਲੈ ਕੇ ਜਾਣਾ ਹੌਲੀ ਹੌਲੀ ਉਹਨਾਂ ਨੇ ਦੱਸਣਾ ਵੀ ਤੈਨੂੰ ਹੌਲੀ ਕਰਨਾ ਹੈ ਜਾਂ ਕਿਵੇਂ ਤਾਂ ਉੱਥੋਂ ਦੀ ਮਤਲਬ ਮੇਰੀ ਰੁਚੀ ਵਧ ਗਈ ਉੱਥੋਂ ਤੋਂ ਮੈਨੂੰ ਇੱਕ ਹੋ ਗਿਆ ਕਿ ਮੈਂ ਆਪ ਕਰ ਸਕਦੀ ਆ ਉਦੋਂ ਮਤਲਬ ਮੈਂ ਥੋੜਾ ਘਟ ਕਰਦੀ ਸੀ ਜਾਨੀ ਫਿਰ ਹੌਲੀ ਹੌਲੀ 2017-18 ਦੇ ਵਿੱਚ ਮੈਂ ਪੂਰਾ ਹੀ ਜੁੜ ਗਈ ਆਪਣੇ ਫਾਦਰ ਸਾਹਿਬ ਨਾਲ ਤਾਂ ਉਹਨਾਂ ਨਾਲ ਸਾਰੇ ਖੇਤੀ ਦੇ ਕੰਮ ਕਰਨ ਲੱਗੇ ਰੇਰੂ ਸਾਰੀ ਖੰਡਿਆਰੇ ਨੇ ਤੁਸੀਂ ਆਪ ਹਾਂਜੀ ਖੰਡਿਆਲੇ ਨੇ ਕਿ ਜਿੰਨਾ ਕੁ ਮਤਲਬ ਮੇ ਤੋਂ ਬਣਦਾ ਉਹਨਾਂ ਕ ਮੈਂ ਪੂਰਾ ਆਪ ਦਾ ਕਰਦੇ ਆ ਅੱਛਾ ਇੱਕ ਤੁਹਾਡੇ ਫਾਦਰ ਸਾਹਿਬ ਮੈਨੂੰ ਕੈਮਰੇ ਤੋਂ ਪਿੱਛੇ ਵੀ ਗੱਲ ਦੱਸ ਰਹੇ ਸੀ ਕਿ ਇੱਕ ਵਾਰ ਅਸੀਂ ਤੁਹਾਡੇ ਬਿਲਕੁਲ ਨੇੜੇ ਦੇ ਪਿੰਡ ਸੰਗਰੂਰ ਪੈਂਦਾ ਸ਼ਹਿਰ ਤੇ ਉੱਥੇ ਵੀ ਕੱਲੇ ਜਾਏ ਹੋ ਨੇ ਉੱਥੋਂ ਵੀ ਰਿਆਂ ਲੈ ਆਉਣੇ ਹੋ ਤੁਸੀਂ ਹਾਂਜੀ ਬਿਲਕੁਲ ਜਿੱਦਾਂ ਕਈ ਵਾਰ ਕਰਦਿਆਂ ਨੂੰ ਕੰਮ ਹੁੰਦਾਗਾ ਰੇ ਸਪਰੇ ਲੈ ਕੇ ਆਉਣੀ ਹੁੰਦੀ ਹੈਗੀ ਜਾਂ ਕੇ ਫਿਰ ਮੈਂ ਲੈ ਆਉਣੀ ਆਗੀ ਕਿਉਂਕਿ ਕਈ ਵਾਰ ਕਰ ਨਹੀਂ ਹੁੰਦੇ ਕੋਈ ਤਾਂ ਕੋਈ ਮੈਨੂੰ ਇਹ ਹੁੱਕ ਮੈਨੂੰ ਐ ਔਕਵਰਡ ਨਹੀਂ ਲੱਗਦਾ ਜਦੋਂ ਮੈਂ ਲੋਕ ਦੇਖਦੇ ਆ ਅੱਖਾਂ ਡੱਟ ਕੇ ਉਦੋਂ ਫਿਰ ਐਵੇਂ ਨਹੀਂ ਫੀਲ ਹੁੰਦਾ ਕਿ ਮੈਂ ਪਤਾ ਨਹੀਂ ਕੀ ਆ ਬਾਕੀਆਂ ਦੇ ਨਾਲ ਕੁਝ ਵੱਖਰਾ ਅ ਨਹੀਂ ਮੈਨੂੰ ਇਦਾਂ ਨਹੀਂ ਹੁੰਦਾ ਪਰ ਹਾਂ ਇੱਕ ਥੋੜਾ ਜਿਹਾ ਹੁੰਦਾ ਕਿ ਜੇ ਬਾਕੀ ਕੁੜੀਆਂ ਵੀ ਹਨਾ ਮੇਰੇ ਵਾਂਗ ਕਰਨ ਤਾਂ ਕਿਸੇ ਨੂੰ ਵੀ ਲੋਕਾਂ ਨੂੰ ਉਪਰਾ ਨਾ ਸਮਝਣ ਉਪਰਾ ਨਾ ਸਮਝਣ ਤਾਂ ਮੈਨੂੰ ਹੁੰਦਾ ਕਿ ਹਰ ਇੱਕ ਕੁੜੀ ਨੂੰ ਹਰ ਇੱਕ ਕੁੜੀ ਮੇਰੇ ਵਾਂਗੂ ਮਤਲਬ ਕੰਮ ਕਰੇ ਮਿਹਨਤ ਕਰੇ ਤਾਂ ਉਹ ਵੀ ਬਹੁਤ ਬਹੁਤ ਅਮਨਦੀਪ ਦੀ ਕੁਆਲਿਫਿਕੇਸ਼ਨ ਕੀ ਹੈ ਅਮਨਦੀਪ ਇਸ ਸਮੇਂ ਕੀ ਕਰ ਰਹੀ ਹੈ ਅ ਮੈਂ ਵੀ ਵੋਕੇਸ਼ਨਲ ਫੂਡ ਪ੍ਰੋਸੈਸਿੰਗ ਦਾ ਕੋਰਸ ਕਰ ਰਹੀ ਆਂਗੀ ਹਾਂ ਉਹ ਤੇ ਮੈਰਾ ਥਰਡ ইয়ার ਆਇਆ। ওকে ফাইনাল ইয়ার। हां जी। अमन ਜੇ ਮੈਂ ਗੱਲ ਕਰਾਂ ਹੁਣ ਆਪਾਂ ਕੈਨੇਡਾ ਵਾਲੇ ਸਫ਼ਰ ਨੂੰ ਥੋੜਾ ਜਾ। ਇਹ ਹਰ ਇੱਕ ਦੇ ਅੱਜਕੱਲ ਦੇ ਜਵਾਕ ਦਾ ਕੋਈ ਪਲੱਸ 2 ਤੱਕ ਨਹੀਂ ਕਰਦਾ, 10ਵੀਂ ਨਹੀਂ ਕਰਦਾ। 10ਵੀਂ ਤੋਂ ਬਾਅਦ ਹੀ ਮਾਪੇ ਤੇ ਬੱਚੇ ਸੋਚਣ ਲੱਗ ਜਾਂਦੇ ਐ ਕਿ ਮੈਂ ਬਾਹਰ ਜਾਣਾ ਐ, ਆਪਣੀ ਜ਼ਿੰਦਗੀ ਸੈਟਲ ਕਰਨੀ ਐ, ਉੱਥੇ ਦੇ ਉੱਥੇ ਦੇ ਮਾਹੌਲ ਨੂੰ ਜਿਉਣਾ ਐਗਾ। ਫਿਰ ਉਹ ਸੁਪਨਾ ਜਦੋਂ ਅਮਨਦੀਪ ਦੇ ਅੰਦਰ ਆਉਂਦਾ ਤੇ ਫਿਰ ਉਹ ਸੁਪਨਾ ਤੁਸੀਂ ਆਪਣੀ ਅੱਖਾਂ ਤੋਂ ਪਰੇ ਕਿਵੇਂ ਕਰਦੇ ਨੇ ਉਹ ਸੁਪਨਾ ਕਿਵੇਂ ਤੋੜ ਲੈਂਦੇ ਹੋ ਮਜਬੂਰੀ ਹੋਈ ਜਾਂ ਪਰਿਵਾਰ ਦੇ ਵੱਲੋਂ ਕੋਈ ਪ੍ਰੈਸ਼ਰ ਹੋਇਆ ਜਾਂ ਵੱਖਰੀ ਪੰਜਾਬ ਦੇ ਨਾਲ ਪਿਆਰ ਹੋ ਗਿਆ ਤੁਹਾਨੂੰ ਅ ਜਦੋਂ 2017 18 ਦੇ ਵਿੱਚ ਮਾਈਲਟਸ ਕੀਤੀ ਤਾਂ ਕਿਉਂਕਿ ਉਦੋਂ ਸਭ ਨੂੰ ਕਰੇ ਸੀ ਹੁਣ ਕਰੇਜ਼ ਹੈਗਾ ਕਿ ਬਾਹਰ ਜਾਣਾ ਹੈਗਾ ਸਾਰਿਆਂ ਨੇ ਕਿ ਮੈਂ ਉੱਥੇ ਜਾ ਕੇ ਸੈਟਲ ਹੋਣਾ ਤਾਂ ਮੈਨੂੰ ਮੈਨੂੰ ਵੀ ਸੀਗਾ ਕਿ ਮੈਂ ਵੀ ਜਾਣਾ ਹੈਗਾ ਕਿਉਂਕਿ ਫਰੈਂਡਸ ਨਾਲ ਦਾ ਫਰੈਂਡ ਸਰਕਲ ਸੀਗਾ ਉਹ ਬਾਰੇ ਜਾ ਰਿਹਾ ਸੀਗਾ ਤਾਂ ਮੈਂ ਵੀ ਸੋਚਿਆ ਕਿ ਨਹੀਂ ਚਲੋ ਬਾਹਰ ਜਾਂਦੇ ਹਾਂਗੇ ਕਿੰਨੇ ਬੈਂਡ ਆਏ ਸੀ ਉਦੋਂ ਮੇਰੇ 6.5 ਬੈਂਡ ਸੀਗੇ 6.5 ਹਾਂਜੀ ਤੇ ਉਦੋਂ ਫਿਰ ਮੈਂ ਸੋਚਿਆ ਕਿ ਹਾਂ ਮੈਂ ਚਲੋ ਕਰਦੇ ਆ ਫਾਈਲ ਪ੍ਰੋਸੈਸ ਸ਼ੁਰੂ ਹੋਇਆ ਤਾਂ ਮੈਂ ਜਦੋਂ ਮਤਲਬ ਸੋਚਿਆ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਮਝਾਇਆ ਬੈਠ ਕੇ ਕਿ ਇੱਥੇ ਜੇ ਤੂੰ ਮੇਰੇ ਨਾਲ ਮਤਲਬ ਮੋੜਨਾ ਮੋੜਾ ਜੋੜ ਕੇ ਚੱਲੇਂਗੀ ਤਾਂ ਤੂੰ ਵੀ ਮਤਲਬ ਮੇਰੇ ਵਾਂਗੂ ਜਿੱਦਾਂ ਅਸੀਂ ਤਰੱਕੀ ਕਰਕੇ ਅੱਗੇ ਆਏ ਆ ਤਾਂ ਤੂੰ ਵੀ ਇਦਾਂ ਤਰੱਕੀ ਕਰਕੇ ਬਹੁਤ ਅੱਗੇ ਜਾ ਸਕੇਂਗੀ ਹਾਂ ਤਾਂ ਜਿੱਦਾਂ ਕੋਈ ਘਰ ਦਾ ਕੋਈ ਪ੍ਰੈਸ਼ਰ ਨਹੀਂ ਕਿਸੇ ਨੇ ਮੈਨੂੰ ਪਾਇਆ ਹੈਗਾ ਜਾਂ ਕਿਸੇ ਨੇ ਵੀ ਕੁਝ ਕਿਹਾ ਐਵੇਂ ਮਤਲਬ ਕੋਈ ਡਿਫਿਕਲਟੀ ਨਹੀਂ ਸੀਗੀ ਵੀ ਵੀ ਮੈਂ ਬਾਹਰ ਨਹੀਂ ਜਾਣਾ ਤਾਂ ਇੱਕ ਮੇਰੀ ਆਪਣੀ ਚੋਇਸ ਸੀਗੀ ਮਤਲਬ ਉਹਨੂੰ ਬਾਹਰ ਨੂੰ ਠੁਕਰਾ ਦੇਣਾ ਅਮਰ ਇੱਕ ਗੱਲ ਸਾਡੇ ਸਮਾਜ ਦੀ ਸਾਡੇ ਪਿੰਡਾਂ ਦੀ ਖਾਸ ਕਰਕੇ ਇਹ ਦੇਖੀ ਜਾਂਦੀ ਹੁੰਦੀ ਹੈ ਕਿਸੇ ਕੋਲੇ 50 ਕਿੱਲੇ ਵੀ ਹੁੰਦੇ ਆ ਕਿਸੇ ਕੋਲੇ 60 ਕਿੱਲੇ ਵੀ ਹੁੰਦੇ ਆ ਕੋਈ ਬਹੁਤ ਸਰਦਾ ਪੁੱਜਦਾ ਪਰਿਵਾਰ ਵੀ ਹੁੰਦਾ ਹਰ ਇੱਕ ਦਾ ਇਹ ਸ਼ੌਂਕ ਹੁੰਦਾ ਹੈ ਕਿ ਮੈਂ ਬਾਹਰ ਜਾਣਾ ਹੈ ਤੁਹਾਨੂੰ ਲੱਗਦਾ ਕਿ ਇਹ ਲੋਕਾਂ ਨੂੰ ਜਿਹੜੀ ਸੋਚ ਹੈ ਇਹ ਨਕਾਰ ਦੇਣੀ ਚਾਹੀਦੀ ਹੈ ਇਹ ਸੋਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਆਪਣੇ ਪਰਿਵਾਰ ਨਾਲ ਸਮਾਂ ਸੋਨਾ ਬਤੀਤ ਕਰ ਲਾਂਗੇ ਉਹ ਸਮਾਂ ਸਾਨੂੰ ਬਾਹਰ ਜਾ ਕੇ ਨਹੀਂ ਮਿਲਣਾ ਹਾਂਜੀ ਬਿਲਕੁਲ ਜੇ ਪਰਿਵਾਰ ਦੇ ਵਿੱਚ ਅੱਜ ਜਿਹੜਾ ਬੰਦਾ ਰੋਟੀ ਖਾ ਰਿਹਾ ਹੈਗਾ ਬੈਠ ਕੇ ਉਹ ਸਭ ਤੋਂ ਸਫਲ ਹੈ ਬਿਲਕੁਲ ਜੇ ਅੱਜ ਕੱਲ ਕੀ ਹੈਗਾ ਬੱਚੇ ਬਾਹਰ ਚੱਲ ਜਾਂਦੇ ਨੇ ਮਾਪੇ ਪਿੱਛੇ ਰਹਿ ਜਾਂਦੇ ਆਗੇ ਕੋਈ ਮਤਲਬ ਬਿਲਕੁਲ ਦੇ ਰਹਿੰਦੇ ਆਗੇ ਬੱਚੇ ਇੱਥੇ ਕੋਈ ਵਾਰ ਕੋਈ ਨਾ ਰੱਬ ਨਾ ਕਰੇ ਕੋਈ ਮਤਲਬ ਕੋਈ ਹਾਂਜੀ ਕੋਈ ਇਹ ਜੀ ਗੱਲ ਹੋ ਜਾਂਦੀ ਆ ਕਿ ਬਈ ਕਈ ਵਾਰ ਬੱਚਾ ਤੋਂ ਨਹੀਂ ਵੀ ਆਇਆ ਜਾਂਦਾ ਤਾਂ ਉੱਥੇ ਕਿਸੇ ਨਾ ਕਿਸੇ ਫੀਲ ਹੁੰਦਾ ਕਿ ਮੈਂ ਹਾਂ ਮੈਂ ਬਾਹਰ ਆ ਕੇ ਕੁਝ ਗਲਤੀ ਕਰ ਲਈ ਤਾਂ ਮੈਨੂੰ ਹੁੰਦਾ ਕਿ ਮੈਂ ਇਹ ਗੱਲ ਨੂੰ ਮੈਂ ਬਹੁਤ ਮਤਲਬ ਖੁਸ਼ ਮੈਂ ਸਮਾਨ ਮਤਲਬ ਮਹਿਸੂਸ ਕਰਦੀ ਆ ਕਿ ਮੈਂ ਅੱਜ ਆਪਦੇ ਮਾਪੇਵਾਂ ਨਾਲ ਬੈਠ ਕੇ ਤੇ ਹੱਸ ਖੇਡ ਕੇ ਰੋਟੀ ਖਾ ਰਹੇ ਆਂਗੇ ਅਸੀਂ ਹੱਸਦੇ ਖੇਡਦੇ ਆਂ ਵਧੀਆ ਪਰਿਵਾਰ ਚ ਬੈਠ ਕੇ ਰੋਟੀ ਖਾ ਰਹੇ ਆਂ ਇਸ ਤੋਂ ਉੱਪਰ ਮੇਰੇ ਸਾਹਮਣੇ ਨਾਲ ਕੋਈ ਕੋਈ ਜ਼ਮੀਨ ਜਾਗੇ ਤੇ ਉੱਤੇ ਕੋਈ ਇਹੋ ਜਿਹੀ ਗੱਲ ਨਹੀਂ ਆਉਂਦੀ ਹੈ ਕਿ ਵੀ ਪੈਸੇ ਪੈਸੋਂ ਉੱਪਰ ਤਾਂ ਕੋਈ ਮਤਲਬ ਬਣਦਾ ਨਹੀਂ ਹੈ ਤਾਂ ਪਰਿਵਾਰ ਤੋਂ ਚੋਂ ਪੂਰਾ ਸਹਿਯੋਗ ਮਿਲਦਾ ਹੈ ਤੁਹਾਡੇ ਵੱਡੇ ਭਰਾ ਨੇ ਉਹ ਹੌਸਲਾ ਫਜ਼ਾਈ ਕਰਦੇ ਕਿ ਮੇਰੀ ਭੈਣ ਇਸ ਤਰੀਕੇ ਦੀ ਹੈ ਮੁੰਡਿਆਂ ਵਰਗੀਆਂ ਮੇਰੀ ਭੈਣ ਹਾਂਜੀ ਬਿਲਕੁਲ ਉਹ ਵੀ ਮਤਲਬ ਜਦੋਂ ਹਨਾ ਉਹਨਾਂ ਨੂੰ ਕੋਈ ਮਤਲਬ ਉਹ ਆਉਂਦਾ ਹੈ ਕਿ ਮੈਂ ਕੰਮ ਉਹਨੂੰ ਐ ਹੁੰਦਾ ਵੀ ਮੈਂ ਕੰਮ ਚਲੋ ਮੈਂ ਟਲ ਜੂਗਾ ਤਾਂ ਇਹ ਮੈਨੂੰ ਕਹਿ ਦਿੰਦਾ ਤੂੰ ਕਰਿਆ ਜਾ ਕੇ ਕੰਮ ਕਿੰਨੇ ਸਾਲ ਛੋਟੇ ਹੋ ਆਪਣੇ ਭਰਾ ਤੋਂ ਤੁਸੀਂ ਮੈਂ 4 ਸਾਲ ਛੋਟੀ ਹਾਂ ਮੇਰੇ ਭਾਈ ਤੋਂ ਹਾਂਜੀ ਤਾਂ ਉਹ ਮੈਨੂੰ ਕਈ ਵਾਰ ਜਾਂ ਕਈ ਵਾਰ ਮੈਨੂੰ ਮੈਨੂੰ ਕੁੱਟ ਕੇ ਭੇਜ ਦਿੰਦਾ ਜਾਂ ਤੂੰ ਘਰ ਆ ਜਾ ਕੇ ਤਾਂ ਐ ਹੁੰਦਾ ਵੀ ਚੱਲ ਮੈਂ ਕਰਿਆ ਆਣੀ ਆ ਉਹਨੂੰ ਐ ਹੁੰਦਾ ਵੀ ਚਲੋ ਮੈਨੂੰ ਮੈਂ ਛੁੱਟ ਗਿਆ ਹੂੰ ਤੇ ਬਾਅਦ ਚ ਕਈ ਵਾਰ ਦੋ ਕੁੱਟ-ਕਟ ਕੇ ਉਹਨੂੰ ਵੀ ਭੇਜ ਦਿੰਦੇ ਆ ਤੇ ਅਮਨ ਇੱਕ ਪਾਸੇ ਬਿਲਕੁਲ ਤੁਹਾਡੇ ਪਰਿਵਾਰ ਦਾ ਇੱਕ ਵੱਖਰਾ ਜਿਹਾ ਮਾਹੌਲ ਹੈ ਜਿਹੜੇ ਕੰਮ ਪੁੱਤਰ ਨੂੰ ਕਰਨੇ ਚਾਹੀਦੇ ਉਹ ਧੀ ਕਰ ਰਹੀ ਹੈ ਜਿਹੜੀ ਪੜ੍ਹਾਈ ਵਾਲਾ ਕੰਮ ਧੀ ਨੂੰ ਕਰਨਾ ਚਾਹੀਦਾ ਉਹ ਪੁੱਤਰ ਕਰ ਰਿਹਾ ਤੁਹਾਡੇ ਫਾਦਰ ਸਾਹਿਬ ਨਾਲ ਵੀ ਪਿੱਛੇ ਕੈਮਰੇ ਤੋਂ ਗੱਲ ਹੋ ਰਹੀ ਸੀ ਉਹ ਕਹੇ ਰਹੇ ਸੀ ਕਿ ਉਹ ਮੇਰਾ ਜਿਹੜਾ ਵੱਡਾ ਬੇਟਾ ਉਹ ਪੜ੍ਹਾਈ ਵਾਲਾ ਜੋਲਟੋ ਸਿਸਟਮ ਹੈ ਨਹੀਂ ਪੜਾਈ ਦਾ ਵੀ ਮੇਰੇ ਨਾਲ ਨਾਲ ਚੱਲਦਾ ਹੈਗਾ ਜਿੱਦਾਂ ਮੈਂ ਨਾਲ ਖੇਤੀ ਵੀ ਕਰਦੀਆਂ ਨਾਲ ਪੜਾਈ ਵੀ ਕਰਦੀਆਂ ਖੈਰ ਉਹ ਥੋੜਾ ਜਿਹਾ ਮਤਲਬ ਜਣੀ ਘੱਟ ਕਰਵਾ ਕੇ ਥੋੜਾ ਜਿਹਾ ਰਾਜੀ ਰਹਿੰਦਾ ਹੈ ਮਤਲਬ ਖੇਤੀ ਦਾ ਸ਼ੌਂਕ ਤੁਹਾਨੂੰ ਜ਼ਿਆਦਾ ਹੈ ਹਾਂਜੀ ਮੈਨੂੰ ਥੋੜਾ ਜ਼ਿਆਦਾ ਹੈਗਾ ਅੱਛਾ ਮੈਂ ਇੱਕ ਇਹ ਗੱਲ ਦੱਸੋ ਕਿ ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਕੋਖਾਂ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ ਤੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅੱਜ ਵੀ ਵਿਤਕਰਾ ਭਾਵੇਂ ਅਸੀਂ 21ਵੀਂ ਸਦੀ 'ਚ ਜਿਉ ਰਹੇ ਆਂ ਪਰ ਫਿਰ ਵੀ ਅੱਜ ਦੇ ਲੋਕ ਵਿਤਕਰਾ ਕਰਦੇ ਆ ਧੀਆਂ ਤੇ ਪੁੱਤਰਾਂ 'ਚ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੇਰਾ ਤਾਂ ਇਹੀ ਕਹਿਣਾ ਕਿ ਕੀ ਇੱਕ ਵਾਰ ਕੁੜੀਆਂ ਨੂੰ ਮੌਕਾ ਦਿੱਤਾ ਜਾਵੇ ਕਿ ਕੁੜੀਆਂ ਵੀ ਬਹੁਤ ਕੁਝ ਕਰ ਸਕਦੀਆਂ ਨੇ ਜਿਹੜੇ ਲੋਕ ਮਾਂ-ਬਾਪ ਆਪਣੇ ਬੱਚਿਆਂ ਨੂੰ ਕੁੱਖਾ 'ਚ ਮਾਰ ਦਿੰਦੇ ਆ ਮੈਨੂੰ ਕੀ ਉਹਨਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਕਿ ਉਹ ਉਹ ਵੀ ਇੱਕ ਵਾਰ ਆਪਣੀ ਧੀਆਂ ਨੂੰ ਮੌਕਾ ਦੇ ਕੇ ਦੇਖਣ ਉਹ ਵੀ ਮੇਰੇ ਮਤਲਬ ਮੇਰਾ ਮੇਰੀ ਇਹ ਸੋਚਣੀ ਹੈ ਕਿ ਉਹ ਵੀ ਆ ਆਪਦੇ ਮਾਪਿਆਂ ਦੀ ਸੋਚ ਤੇ ਖਰੀਆ ਨਿਕਲਣਗੇ ਹਾਂਜੀ ਇਹ ਕਮੀ ਰਹਿੰਦੀ ਹੈ ਸਾਡੇ ਸਮਾਜ ਦੀ ਕਿ ਕੁਝ ਕੁ ਧੀਆਂ ਨੂੰ ਦੇਖ ਕੇ ਬਾਕੀ ਸਾਰੀਆਂ ਧੀਆਂ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਮੈਂ ਨਹੀਂ ਮਤਲਬ ਮੰਦੀ ਕਿ ਲੋਕਾਂ ਦੀ ਸੋਚ ਜੇ ਉੱਪਰ ਹੋਊਗੀ ਤਾਂ ਆਪਣਾ ਜਿਹੜਾ ਕੁੜੀਆਂ ਨੂੰ ਕੁੜੀਆਂ ਨੂੰ ਦਰਜਾ ਉੱਪਰ ਦਾ ਦਿੱਤਾ ਜਾਊਗਾ ਤਾਂ ਹੀ ਸਮਾਜ ਤੇ ਕੋਈ ਸੁਧਾਰ ਆਊਗਾ ਅੱਛਾ ਤੇ ਅਮਨਦੀਪ ਦਾ ਅਗਲਾ ਕੀ ਸੁਪਨਾ ਹੈ ਅੱਗੇ ਕੀ ਹਾਸਲ ਕਰਨਾ ਹੈ ਅਮਨਦੀਪ ਨੇ ਅ ਫਿਲਹਾਲ ਤਾਂ ਮੇਰੀ ਹਜੇ ਸਟੱਡੀ ਚੱਲ ਰਹੀ ਹੈਗੀ ਉਸ ਤੋਂ ਅੱਗੇ ਮਤਲਬ ਕੋਈ ਮੈਂ ਮਤਲਬ ਐਗਰੀਕਲਚਰ ਰਿਲੇਟਿਡ ਕੋਰਸ ਕਰਨਾ ਤੇ ਨਾਲ ਦੀ ਨਾਲ ਮਤਲਬ ਨਾਲ-ਨਾਲ ਮੈਂ ਜਿਹੜੇ ਮਤਲਬ ਕੋ ਆਪਣੇ ਹੁੰਦੇ ਆ ਕਿ ਟੈਸਟ ਵਗੈਰਾ ਉਹ ਉਹਨਾਂ ਦੀ ਵੀ ਤਿਆਰੀ ਕਰਦੇ ਆ ਠੀਕ ਹੈ ਅਮਨਦੀਪ ਅਸੀਂ ਆਸ ਕਰਦੇ ਆ ਕਿ ਤੁਹਾਡੇ ਰੱਬ ਸੁਪਨੇ ਪੂਰੇ ਕਰੇ ਜਿਹੜੇ ਵੀ ਤੁਸੀਂ ਸੋਚਿਆ ਤਾਂ ਇੱਕ ਵੱਖਰੀ ਜੀ ਸੋਚ ਹੈ ਅਮਨਦੀਪ ਕੌਰ ਦੀ ਅਮਨਦੀਪ ਕਹਿੰਦੀ ਹੈ ਕਿ ਮੈਂ ਭਾਵੇਂ ਘੱਟ ਪੈਸੇ ਕਮਾਵਾਂ ਪਰ ਜਿੰਨੀ ਵੀ ਜ਼ਿੰਦਗੀ ਜਿਉਣੀ ਆ ਉਹ ਆਪਣੇ ਮਾਪਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਿਉਣੀ ਆ ਇਸ ਕਰਕੇ ਇਹਨੇ ਕੈਨੇਡਾ ਵਾਲਾ ਸੁਪਨਾ ਠਹਿਰਾਇਆ ਤੇ ਜਿਵੇਂ ਅਸੀਂ ਪਹਿਲਾਂ ਵੀ ਗੱਲ ਆਖੀ ਕਿ ਇਹਨੂੰ ਕੈਨੇਡਾ ਦੀ ਆਫਰ ਲੈਟਰ ਵੀ ਆ ਜਾਂਦੀ ਹੈ ਪਰ ਉਹ ਵੀ ਠੁਕਰਾ ਦਿੱਤੀ ਜਾਂਦੀ ਹੈ ਤੇ ਇਹਨਾਂ ਨੂੰ ਖੇਤੀ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਜੇਕਰ ਅੱਜ ਦੇ ਸਮਾਜ ਸਾਨੂੰ ਧੀਆਂ ਨੂੰ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਖੁੱਲ੍ਹ ਕੇ ਜਿਉਣ ਦੇਵੇ ਉਹਨਾਂ ਨੂੰ ਪੂਰਾ ਹੱਕ ਦੇਵੇ ਕਿ ਜੋ ਤੁਸੀਂ ਕਰਨਾ ਚਾਹੁੰਨੀ ਹੋ ਉਹ ਕਰੋ ਤਾਂ ਹਰ ਇੱਕ ਧੀ ਅਮਨਦੀਪ ਕੌਰ ਬਣ ਸਕਦੀ ਹੈ ਤੇ ਹੁਣ ਤੁਹਾਨੂੰ ਅਮਨਦੀਪ ਕੌਰ ਦੇ ਪਿਤਾ ਜੀ ਨਾਲ ਮਲਾਵਾਂਗੇ ਕਿ ਉਹਨਾਂ ਨੇ ਪਾਲਣ ਪੋਸ਼ਣ ਅਮਨਦੀਪ ਦਾ ਕਿਵੇਂ ਦਾ ਕੀਤਾ ਜੋ ਐਡੀ ਵਧੀਆ ਧੀ ਮੈਂ ਤਾਂ ਚਾਹੁੰਗਾ ਕਿ ਹਰ ਇੱਕ ਪੰਜਾਬ ਦੀ ਧੀ ਐਸੀ ਹੋਣੀ ਚਾਹੀਦੀ ਹੈ ਜੋ ਕਿ ਅੱਜ ਵੀ ਹੱਕ ਤਾਨ ਕੇ ਇੱਕ ਬਾਪ ਆਪਣੀ ਧੀ ਦਾ ਹੌਸਲਾ ਮੰਨ ਕੇ ਪਿੰਡ ਦੇ ਵਿੱਚ ਦੀ ਛਾਤੀ ਕੱਢ ਕੇ ਚੱਲ ਸਕਦਾ ਹੈ ਸਾਡੇ ਨਾਲ ਹੁਣ ਅਮਨਦੀਪ ਦੇ ਪਿਤਾ ਜੀ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਆਓ ਮੁਲਾਕਾਤ ਕਰਵਾਉਨੇ ਆਂ ਉਹਨਾਂ ਨਾਲ ਸਾਡੇ ਨਾਲ ਇਸ ਵਕਤ ਅਮਨਦੀਪ ਦੇ ਪਿਤਾ ਜੀ ਹਰਮਨ ਲਾਪ ਸਿੰਘ ਖੜੇ ਐ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਨੂੰ ਪਹਿਲਾਂ ਤਾਂ ਇਹ ਦੱਸੋ ਕਿ ਧੀ ਦਾ ਪਾਲਣ ਪੋਸ਼ਣ ਕਿਵੇਂ ਦਾ ਰਿਹਾ ਜਿਹੜਾ ਇਹਨੂੰ ਖੇਤੀ ਨਾਲ ਬੜਾ ਜੋੜ ਕੇ ਰੱਖਿਆ ਹੋਇਆ ਤੁਸੀਂ ਛੋਟੀ ਹੁੰਦੀ ਇਹ ਜਿਵੇਂ ਮੁੰਡੇ ਹੁੰਦੇ ਨੇ ਜੀ ਇਦਾਂ ਕੋਈ ਵੀ ਕੰਮ ਕਰਨ ਨਾਲ ਜੂੜਾ ਜੜਾ ਜਾਂ ਕਰ ਦੇਣਾ ਅਸੀਂ ਇਹ ਸਿਸਟਮ ਜਿਹੇ ਚ ਰੱਖੀ ਹੋਈ ਦੀ ਨੂੰ ਚੌੜ ਤੇ ਨੂੰ ਲਾਲ ਸਿੰਘ ਰੱਖਦਾ ਦਾ 900 ਟੀ ਹੁੰਦੀ ਦਾ ਅੱਛਾ ਗੁਰਲਾਲ ਸਿੰਘ ਉਹ ਐ ਚੱਲਦੇ 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 ਜਦੋਂ ਵੱਡੀ ਹੋਈਗੀ ਖੇਤੀ ਵਾਲੇ ਪਾਸੇ ਆ ਗਈ ਇਹ ਅੱਛਾ ਉੱਥੋਂ ਸਾਡੇ ਨਾਲ ਟਰੈਕਟਰ ਸਿੱਖ ਗਈ ਬਸ ਲਲਾ ਲਲਾ ਜੀ ਬਸ ਇਧਰ ਹੋ ਗਈ ਅੱਛਾ ਤਾਂ ਆਪ ਨੂੰ ਵੀ ਪਤਾ ਲੱਗਿਆ ਵੀ ਇਹਨੂੰ ਟਰੈਕਟਰ ਇੰਨਾ ਸੌਂਕ ਕੀਤੀ ਦਾ ਕਿੱਥੋਂ ਆ ਗਿਆ ਇਹ ਅੱਛਾ ਤੇ ਪਹਿਲਾ ਪਹਿਲਾਂ ਛੋਟੀ ਹੁੰਦੀ ਨ ਟਰੈਕਟਰ ਤੇ ਬਿਠਾਉਂਦੇ ਹੁੰਦੇ ਸੀ ਤੁਸੀਂ ਹਾਂ ਉਂ ਬਹਿ ਜਾਂਦੇ ਦੀ ਨਾਲ ਜਿਵੇਂ ਖੇਤ ਨੂੰ ਜਾਂਦੀ ਹੈ ਜਾਂ ਕੁਝ ਵੀ ਉਥੋਂ ਜਦੋਂ ਇਹਦੇ ਵੱਡੇ ਹੋ ਗਏ ਗੇਅਰ ਜਿ ਸਿਖਾਉਣ ਲੱਗੇ ਸੀ ਐ ਸਿਖਿਆ ਜਿੱਦ ਦੀ ਵੀ ਐ ਕਰ ਲੈ ਫਿਰ ਅਸੀਂ ਜ਼ਮੀਨ ਵਾਹੀ ਇੱਕ ਸਾਲੇ ਤੋਂ ਹੀ ਟੈਂਪਰੀਲੀ ਜੀ ਅੱਛਾ ਤੇ ਅਗਲੇ ਸਾਲ ਫਿਰ ਪਰਮਾਨੈਂਟ ਹੀ ਸਿਕਾਇਦੀ ਵੀ ਤੂੰ ਸਾਡੀ ਤਾਂ ਹੈਲਪ ਕਰਿਆ ਕਰ ਭਾਈ ਫਿਰ ਜਦੋਂ ਹੁਣ ਖੇਤੀ ਕਰਦੇ ਹਾਂ ਓਹ ਧੀ ਨੂੰ ਨਾਲ ਲੈ ਕੇ ਆਉਂਦੇ ਹਾਂ ਖੇਤਾਂ ਦੇ ਵਿੱਚ ਹਾਂ ਜੇ ਖੇਤ ਨਾਲ ਆਉਂਦੀ ਜਦੋਂ ਜਮੀਨ ਬੋਣੀ ਆ ਉਦੋਂ ਸਾਨੂੰ ਕਈ ਵਾਰੀ ਕੋਈ ਕੰਮ ਹੁੰਦਾ ਸੀ ਫਿਰ ਕਹਿ ਦਿੰਦੇ ਆ ਵੀ ਅਮਨੇ ਉੱਥੇ ਖੇਤ ਆ ਬਣਾਏ ਬੋਣ ਨਾਲ ਆ ਜਾਂ ਇਦਾਂ ਬੋਣ ਨਾਲ ਕੋਈ ਦਿੱਕਤ ਨਹੀਂ ਪੈ ਜਾਂਦੀ ਹੈ अच्छा भाई जी एक सारे समाज ਨਾਲੋਂ ਥੋੜੀ ਜੀ ਮੈਂ ਸਮਝਦਾ ਕਿ ਤੁਹਾਡੀ ਵੱਖਰੀ ਜੀ ਸੋਚ ਹੈ ਕਿੱਥੇ ਤਾਂ ਸਮਾਜ ਇਹ ਸਮਝਦਾ ਹੈ ਕਿ ਧੀਆਂ ਤੇ ਪੁੱਤਰਾਂ ਚ ਵਿਤਕਰਾ ਕਰਦਾ ਹੈ ਨਾ ਤੇ ਤੁਹਾਡੇ ਦਿਮਾਗ ਚ ਉਹ ਗੱਲ ਵਿਤਕਰੀ ਵਾਲੀ ਕਿਉਂ ਨਹੀਂ ਆਈ ਹੈਗੀ ਪਤਾ ਨਹੀਂ ਜੀ ਮੈਨੂੰ ਤਾਂ ਆਪ ਨਹੀਂ ਅਜੇ ਤਾਂ ਕਦੇ ਮੈਂ ਇਹ ਤਾਂ ਕੁੜੀ ਦੇ ਬਾਰੇ ਜਾਂ ਮੁੰਡੇ ਬਾਰੇ ਸਾਨੂੰ ਇਹ ਨਹੀਂ ਪਤਾ ਵੀ ਕੁੜੀ ਹੈ ਜਾਂ ਮੁੰਡਾ ਹੈ ਜਾ ਇਹਦਾ ਵਿਆਹ ਹੋਣਾ ਹੈ ਜਾਂ ਇਹਨੇ ਘਰੋਂ ਜਾਣਾ ਸਾਨੂੰ ਕੋਈ ਦਿਮਾਗ ਚ ਸਾਡੇ ਇਦਾਂ ਦੀ ਕਦੇ ਗੱਲ ਨਹੀਂ ਆਈ ਨਾ ਹੀ ਕਦੇ ਇਹਨੂੰ ਅਸੀਂ ਘੂਰੇ ਆ ਵੀ ਤੂੰ ਕੁੜੀਏ ਜਿਵੇਂ ਹੁਣ ਸਾਡੇ ਕੰਬਾਇਨ ਲੱਗੀ ਹੋਈ ਆ ਮੰਨ ਲਓ ਆਪਾਂ ਉੱਥੇ ਬੰਦੇ ਬੰਦੇ ਨੇ ਇਹਨੇ ਉੱਥੇ ਚਾਹ ਲੈ ਕੇ ਆ ਜਾਣਾ ਕਦੇ ਸਾਡੇ ਉਹ ਬੰਦੇ ਵੀ ਇਹਨੂੰ ਪਿਆਰ ਕਰਦੇ ਨੇ ਮੋਹ ਕਰਦੇ ਨੇ ਵੀ ਅਮਨ ਚਾਹ ਪਾ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਵੀ ਮਤਲਬ ਉਹਨਾਂ ਨੂੰ ਵੀ ਇਹ ਹੁੰਦਾ ਵੀ ਇੱਕ ਸਾਡਾ ਬੰਦਾ ਹੀ ਆ ਇਹ ਮੁੰਡਾ ਹੈ ਮੁੰਡਾ ਬਿਲਕੁਲ ਹਾਂ ਕੰਬਾਇਨ ਵਾਲੇ ਬੰਦੇ ਬਾਈ ਜੀ ਇੱਕ ਆਪਾਂ ਪਿੰਡ ਤੋਂ ਹਨਾ ਬਿਲੋਂਗ ਕਰਦੇ ਆ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਇਹ ਗੱਲ ਹੁੰਦੀ ਹੈ ਕਿ ਇਹ ਥੋਪਿਆ ਜਾਂਦਾ ਹੁੰਦਾ ਕਿ ਇਹ ਧੀ ਹੈ ਇਹਨੂੰ ਘਰ ਦੇ ਅੰਦਰ ਵਾੜ ਕੇ ਰੱਖੋ ਕਦੇ ਸਮਾਜ ਚੋਂ ਇਹੋ ਜੀ ਗੱਲ ਸੁਣਨ ਨੂੰ ਮਿਲੀ ਨਹੀਂ ਜੀ ਨਹੀਂ ਨਹੀਂ ਕਦੇ ਨਹੀਂ ਕਿਸੇ ਨੇ ਕਿਹਾ ਹਲਾ ਕਹਿੰਦਾ ਵੀ ਠੀ ਜ਼ਿੰਮੇਦਾਰਾਂ ਦੇ ਨਾਲ ਹੁੰਦੀਆਂ ਦੀਆਂ ਹੁਣ ਲੋਕਾਂ ਦਾ ਜਾਦੇ ਨਾ ਥੋੜਾ ਜਿਹਾ ਵੀ ਆਪਦੇ ਬੱਚਿਆਂ ਨੂੰ ਜਾਦੇ ਸੌਹਲ ਕਰ ਲਿਆ ਦੁਕਾਨੀ ਦਾ ਹੈ ਇੱਕ ਤਾਂ ਪੜ੍ਹਾਈਆਂ ਹੋ ਗਈਆਂ ਜਿਹੜੇ ਉਹ ਦੂਜੀ ਅੰਗਰੇਜ਼ੀ ਸਕੂਲਾਂ ਚ ਹੋ ਗਈਆਂ ਦੂਜਾ ਉਹਨਾਂ ਨੇ ਸੌਹਲ ਕਰ ਲਿਆ ਵੀ ਮੈਂ ਤਾਂ ਕਹਿੰਦਾ ਵੀ ਜਵਾਕਾਂ ਨੂੰ ਆਪਣੇ ਖੇਤਾਂ ਦੇ ਵਿੱਚ ਨਾਲ ਰੱਖੋ ਜਿੰਨਾ ਉਹਨੂੰ ਮਤਲਬ ਉਹ ਕਹਿੰਦੇ ਹੁੰਦੇ ਨੇ ਸਿਆਣੇ ਵੀ ਜਿੰਨਾ ਬਲਦ ਨੂੰ ਚੰਡੋਗੇ ਉਨਾ ਹੀ ਠੀਕ ਹੈ ਵੀ ਹੁਣ ਬੱਚੇ ਹਰੇਕ ਨੇ ਸੌਹਲ ਕਰ ਲਿਆ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ ਅਸੀਂ ਤਾਂ ਕੁੜੀ ਵੀ ਸਾਡੀ ਸਟਰੋਂਗ ਤੇ ਇੱਕ ਇੱਕ ਜਿਵੇਂ ਮੈਂ ਅਮਨਦੀਪ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਕਿ ਹਰ ਇੱਕ ਦਾ ਸੁਪਨਾ ਹੁੰਦਾ ਹੈ ਮਾਪਾ-ਬਪ ਦਾ ਵੀ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਵਿਦੇਸ਼ਾਂ ਦੀ ਸੈਰ ਕਰੇ ਫਿਰ ਉਹ ਸੁਪਨਾ ਤੁਸੀਂ ਅਮਨਦੀਪ ਦਾ ਕਿਵੇਂ ਪਿੱਛੇ ਛਡਾਤਾ ਕਿ ਅਮਨ ਤੂੰ ਇਹ ਜੇ ਆਪਣੇ ਪਰਿਵਾਰ ਦੇ ਵਿੱਚ ਬੈਠਿਆ ਸਭ ਤੋਂ ਵੱਡੀ ਆਰਾਮਦਾਇਕ ਚੀਜ਼ ਉਹ ਹੈ ਨਾ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਘੁੰਮਣਾ ਉਹ ਸੁਪਨਾ ਸੁਪਨਾ ਤੁਸੀਂ ਕਿਵੇਂ ਇਹਨਾਂ ਦਾ ਆਖਿਆ ਕਿ ਇਹ ਤੂੰ ਕੰਮ ਨਹੀਂ ਕਰਨਾ ਹੈਗਾ ਬਾਹਰ ਜਾਣ ਵਾਲਾ ਉਹ ਜਦੋਂ ਇਹਦਾ ਸਾਰਾ ਕੁਝ ਹੋ ਗਿਆ ਜੀ ਮੈਂ ਇਹਨੂੰ ਕਿਹਾ ਵੀ ਜਦੋਂ ਪੂਰੇ ਤੁਹਾਡਾ ਨਾਲ ਵਧੀਆ ਵੀ ਤੁਸੀਂ ਉਥੇ ਇੰਨਾ ਨਾ ਟਾਈਮ ਕੰਮ ਕਰੋਗੇ ਸੋਡੀ ਆਪਦੀ ਉਮਰ ਉਥੇ ਆਪਦੇ ਜਵਾਖਾਂ ਨੂੰ ਸੈੱਟ ਕਰਨ ਤੇ ਲੰਘ ਜੂ ਕਿਉਂਕਿ ਇੱਕ ਬੰਦਾ ਜਿਹੜਾ ਬਾਹਰ ਜਾਂਦਾ ਨਾ ਉਹ ਇੰਨਾ ਸੌਖਾ ਤੋਂ ਤੇ ਹੈ ਨਹੀਂ ਆ ਵੀ ਜਾਂਦਾ ਹੀ ਗੱਡੀਆਂ 'ਚ ਬਹਿ ਗਿਆ ਜਾਂ ਸੌਖਾ ਹੋ ਗਿਆ ਨਾ ਉਹ ਬੰਦੇ ਨੂੰ 18-18 20-20 ਘੰਟੇ ਜਿਵੇਂ ਸੁਣਦੇ ਆ ਆ ਕੰਮ ਤਾਂ ਉਹ ਵੀ ਖੇਤੀਬਾੜੀ ਦੀ ਕਰਦੇ ਨੇ ਜੀ ਉਥੇ ਬਿਲਕੁਲ ਲੇਬਰ ਕਰਦੇ ਨੇ ਵੀ ਆਪਦੇ ਖੇਤ ਦੇ ਵਿੱਚ ਕਿਉਂ ਨਹੀਂ ਹੁੰਦੀ ਆਪਦੇ ਖੇਤ 'ਚ ਕਿਉਂ ਨਹੀਂ ਕਰਦੇ ਜੇ ਉਰੀ ਹੋ ਜੇ ਸਿਰਫ 5-7 ਘੰਟੇ ਹੋ ਜੇ ਮੈਂ ਹੈਰਾਨ ਮਨਦਾ ਵੀ ਕਿਹੜਾ ਦੀ ਹੋ ਸਕਦਾ ਵੀ ਬੰਦਾ ਕਹੇ ਵੀ ਮੈਂ ਫਿਰ ਵੀ ਨਹੀਂ ਮੇਰੇ ਪਾਸ ਲੱਗਦਾ ਕਿ ਇਹ ਭੇਡ ਚਾਲ ਹੈ ਜਿਹੜੇ ਮਾਵਾ ਪਾ ਲੱਗੇ ਮੈਂ ਤਾਂ ਕਹਿ ਰਹੇ ਹਾਂ ਜੀ ਹਰ ਇੱਕ ਦੁਨੀਆ ਉਧਰ ਨੂੰ ਭੱਜ ਰਹੀ ਹੈ ਅਸੀਂ ਤਾਂ ਮੈਨੂੰ ਕਈ ਵਾਰ ਜਦੋਂ ਇਹਨਾਂ ਨੇ ਕਰੀਗੇ ਵੀ ਇਹ ਕਹਿੰਦੇ ਵੀ ਜਾਣਿਆ ਭਲਾਣਾ ਤੇ ਮੈਂ ਪਾਸਪੋਰਟ ਤੱਕ ਨਹੀਂ ਆਪਦਾ ਕਰਵਾਇਆ ਵੀ ਮੈਂ ਨਾ ਜਾਣੇ ਨਾ ਮੈਨੂੰ ਲੋੜਾ ਮੈਨੂੰ ਉਰੇ ਮੇਰੇ ਆਪਣੇ ਦੇਸ਼ ਦੇ ਵਿੱਚ ਕੀ ਨਹੀਂ ਮੈਂ ਕਰ ਸਕਦਾ ਮੈਨੂੰ ਇਹ ਦੱਸੋ ਵੀ ਉਰੇ ਆਪਾਂ ਕਮਾ ਕੇ ਕੀ ਖਾ ਨਹੀਂ ਸਕਦੇ ਬਿਲਕੁਲ ਕਮਾ ਸਕਦੇ ਜਦੋਂ ਉੱਥੇ ਆਪਾਂ ਕਮਾ ਸਕਦੇ ਉਰੇ ਨਹੀਂ ਕਮਾ ਸਕਦੇ ਹਾਂ ਉਰੇ ਦਾ ਸਿਸਟਮ ਸਰਕਾਰਾਂ ਸਰਕੂਰਾਂ ਦਾ ਥੋੜਾ ਜਿਹਾ ਹੈ ਜਿਹੜਾ ਉਹ ਰੱਬੇ ਜਾਣਦਾ ਉਹਨਾਂ ਨੂੰ ਕੌਣ ਸਮਝਾਊਗਾ ਹੁਣ ਲੀਡਰਾਂ ਨੂੰ ਨਹੀਂ ਨਹੀਂ ਹੁੰਦਾ ਸਾਰ ਹੂੰ ਤੇ ਇੱਕ ਅਕਲ ਜੀ ਮੈਂ ਗੱਲ ਕਰਾਂ ਕਿ ਸਾਡੇ ਸਮਾਜ ਦੀ ਇੱਕ ਇਹ ਬੜੀ ਤਰਾਸਦੀ ਰਹੀ ਹੈ ਕਿ ਜਦੋਂ ਧੀ ਜੰਮਦੀ ਹੈ ਤਾਂ ਮੱਥੇ ਵੱਟ ਪਾ ਲਿਆ ਜਾਂਦਾ ਕਿ ਧੀ ਜੰਮ ਪਈ ਉਹ ਕਦੇ ਇਹੋ ਜਿਹਾ ਅਹਿਸਾਸ ਹੋਇਆ ਸੀ ਜਦੋਂ ਮਾਂ ਦੀ ਪੈਦਾ ਸੁੱਖ ਸੁੱਖ ਕੇ ਲਈ ਹੈ ਅੱਛਾ ਯਕੀਨ ਮੰਨਿਓ ਮੈਂ ਸਾਡੇ ਗੁਰਦੁਆਰੇ ਸਾਡੇ ਡੇਰ ਆ ਉੱਥੇ ਸੁੱਖ ਸੁਖੀ ਵੀ ਕੁੜੀ ਹੋ ਜੇ ਅੱਛਾ ਉਦੋਂ ਬਾਅਦ ਅਸੀਂ ਪਾਰਟੀ ਕਰੀ ਇਹਦੀ ਅੱਛਾ ਹਾਂ ਮੰਗ ਕੇ ਲਈਏ ਜੀ ਕੁੜੀ ਅਸੀਂ ਤੁਸੀਂ ਯਕੀਨ ਮੰਨਿਓ ਅੱਛਾ ਜਦ ਕਿ ਸਾਡੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਹੀ ਖੁਸ਼ੀ ਧੀ ਅਮਨਦੀਪ ਅਮਨਦੀਪ ਪਤਾ ਨਹੀਂ ਇਹ ਕੀ ਪ੍ਰਮਾਤਮਾ ਵੱਲੋਂ ਹੀ ਧੀ ਕਿਸੇ ਦੇ ਮੱਥੇ ਬਟ ਨਹੀਂ ਪਿਆ ਹਰੇਕ ਨੇ ਵਧਾਈਆਂ ਦਿੱਤੀਆਂ ਵੀ ਵਾਹ ਵਧੀਆ ਹੋ ਗਿਆ ਬਹੁਤ ਵਧੀਆ ਗੁੱਡੀ ਹੋਗੀ ਅੱਛਾ ਤੇ ਪੁੱਤ ਨਾਲ ਜਿਆਦਾ ਪਿਆਰ ਕਰਦੇ ਹੁੰਦੀ ਥੀ ਨਹੀਂ ਦੋਨਾਂ ਨੂੰ ਬਰਾਬਰ ਹੈ ਨਹੀਂ ਇਹ ਹੁੰਦੀਆਂ ਨਾ ਕਿ ਜਦੋਂ ਅਮਾ ਬੱਚੇ ਹੁੰਦੇ ਆ ਇਹ ਤਿੰਨ ਥੋੜਾ ਘੱਟ ਪਿਆਰ ਦਿੱਤਾ ਜਾਂਦਾ ਨਹੀਂ ਉਹ ਬਰਾਬਰ ਹੈ ਵੈਸੇ ਉਹ ਇਹ ਥੋੜਾ ਜਿਹਾ ਬਦਲ ਜਾਂਦੀ ਹੈ ਕਿਉਂਕਿ ਇਹ ਸਾਡੇ ਨਾਲ ਰਹਿੰਦੀ ਹੈ ਅੱਛਾ ਉਹ ਸਾਲਾ ਲਫੰਗਾ ਹੈਗਾ ਉਹ ਨਿਕਲ ਜਾਂਦਾ ਹੈਗਾ ਜੇ ਬਾਹਣ ਬੋਣਾ ਧੁੱਪ ਹੈ ਉਹ ਨਿਕਲ ਜਾਂਦਾ ਇਹਨੂੰ ਫਸਾ ਜਾਂਦਾ ਫਿਰ ਸਾਨੂੰ ਬਾਹਣ ਬੋਣਾ ਪੈਂਦਾ ਅੱਛਾ ਫਿਰ ਇਹ ਲੱਗਦਾ ਇਹ ਜ਼ਿੰਮੇਵਾਰੀ ਨੂੰ ਪੂਰੀ ਸਮਝਦੀ ਹੈ ਅੱਛਾ ਇਹ ਇਹ ਲੱਗਦਾ ਹੈ ਕਿ ਜਿੱਥੇ ਪੁੱਤਰ ਨੂੰ ਹੋਣਾ ਚਾਹੀਦਾ ਸੀ ਉੱਥੇ ਧੀ ਹੈ ਜਿੱਥੇ ਧੀ ਨੂੰ ਹੋਣਾ ਚਾਹੀਦਾ ਸੀ ਉੱਥੇ ਹਾਂ ਦੇਖੋ ਮੁੰਡਿਆਂ ਦਾ ਕੰਮ ਹੈਗਾ ਜਿਹੜਾ ਉਹ ਤਾਂ ਮੁੰਡ ਕਭੀ ਚੱਲ ਭਾਈ ਜੇ ਮੈਂ ਖੇਤ ਕੋਈ ਜ਼ਮੀਨ ਬਾਉਣੀ ਆ ਕੁਛ ਵੀ ਕਰਨਾ ਇੱਕ ਇੱਕ ਆਪਾਂ ਕੈਮਰੇ ਤੋਂ ਥੋੜਾ ਜਿਹਾ ਪਿੱਛੇ ਗੱਲ ਕਰ ਰਹੇ ਸੀ ਕਿ ਆਪਾਂ ਨੂੰ ਬਿਲਕੁਲ ਜਿਵੇਂ ਨੇੜੇ ਸੰਗਰੂਰ ਪੈਂਦਾ ਤਾਂ ਸੰਗਰੂਰ ਇਹ ਜਦੋਂ ਕੱਲੀ ਜਾਂਦੀ ਆ ਉਦੋਂ ਕਿਵੇਂ ਭੇਜਿਆ ਸੀ ਸੰਗਰੂਰ ਹਾਂਜੀ ਅਸੀਂ ਸੰਗਰੂਰ ਰੋਜ਼ ਹੀ ਜਾਂਦੀ ਆ ਗੱਡੀ 'ਚ ਡੇਲੀ ਦੀ ਅਪਟਾਉਣਾ ਦੀ ਡੇਲੀ ਦੀ ਕੋਈ ਨਾ ਕੋਈ ਕੰਮ ਜਦੋਂ ਰੇਹ ਰੈਣ ਭੇਜਿਆ ਸੀ ਉਹ ਗੱਲ ਜ਼ਰੂਰ ਦੱਸੋ ਉਹ ਤਾਂ ਇਹ ਤੀਗਾ ਸਾਡੇ ਉਰੇ ਅਸੀਂ ਬਾਹਨ ਬਾਹ ਰਹੇ ਸੀ ਹੂੰ ਉਦੋਂ ਰੇਹ ਦੀ ਸਾਉਂਟ ਦੀ ਪਿੱਛੇ ਜੇ ਅਸੀਂ ਆਖਿਆ ਵੀ ਰੇਹ ਦੀ ਸਾਉਂਟ ਸਾਨੂੰ ਤੋਂ ਫੋਨ ਆ ਗਿਆ ਵੀ ਰੇਹ ਆ ਗਿਆ ਤੁਹਾਡਾ ਲਾਲੇ ਦਾ ਅਸੀਂ ਇਹਨੂੰ ਫੋਨ ਕਰਿਆ ਵੀ ਐਂ ਕਰਕੇ ਆਪਣਾ ਰੇਹ ਚੱਕ ਲਿਆ ਭੱਜ ਗਏ ਰੇਹ ਲਈ ਉੱਥੇ ਜਾਣ ਦੀ ਦੁਕਾਨ ਦਾ ਸਾਰਾ ਕਿਉਂਕਿ ਜਦੋਂ ਸਾਡੇ ਨਾਲ ਆੜਤੀ ਹੈ ਤਾਂ ਇਹਨੂੰ ਪਤਾ ਰੇਹ ਦਵਾਈਆਂ ਵਾਲਾ ਇਹਨੂੰ ਪਤਾ ਸਾਡੇ ਸਾਰੇ ਸਿਸਟਮ ਦਾ ਲਗਭਗ ਪਤਾ ਹੈ ਇਹਨੂੰ ਵੀ ਕਿੱਥੋਂ ਟ੍ਰੈਡ ਦਾ ਕੰਮ ਕਰਾਉਂਦੇ ਨੇ ਇਹ ਕਿਹੜੀ ਦੁਕਾਨ ਤੋਂ ਸਪੇਅਰ ਪਾਰਟ ਦਾ ਟਰੈਕਟਰ ਦਾ ਕਈ ਵਾਰੀ ਜੀ ਹੁਣ ਇੱਕ ਦਿਨ ਕੱਦੂ ਜੇ ਚ ਬੈਰਿੰਗ ਟੁੱਟ ਗਿਆ ਅਸੀਂ ਮੇਰੇ ਵੀ ਕੱਪੜੇ ਖਰਾਬ ਤੇ ਫਿਰ ਮੈਂ ਇਹਨੂੰ ਕਿਹਾ ਵੀ ਉੱਥੋਂ ਆਪਣੇ ਉ ਮਤਲਬ ਕੋਈ ਫਰਕ ਨਹੀਂ ਸਮਝਦੇ ਨਾ ਜੀ ਨੋ 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 ਬਿਲਕੁਲ ਸ਼ਹਿਰ ਚ ਕਿੱਥੇ ਕੁੜੀ ਜਾਉਂ ਨਾ ਜੀ ਜਮ ਨਹੀਂ ਜਿਹੜੇ ਬੰਦੇ ਕੋਲ ਗਾਹ ਅੱਗੇ ਜਾਂਦੀ ਉਹ ਵੀ ਮੂੰਹ ਕਰਦੇ ਨੇ ਉਹ ਵੀ ਪੂਰਾ ਹੌਸਲਾ ਦਿੰਦੇ ਨੇ ਵੀ ਹਾਂ ਕੋਈ ਦਿੱਕਤ ਨਹੀਂ ਬਾਪ ਜਦੋਂ ਪਿੰਡਾਂ ਦੇ ਵਿੱਚ ਚੱਲਦਾ ਤਾਂ ਛਾਤੀ ਖੋੜ ਕੇ ਚੱਲਦਾ ਤੇ ਮੇਰੀ ਧੀ ਹੈ ਬਿਲਕੁਲ ਇਹ ਇਹ ਗੱਲ ਕਲੀਅਰ ਹੈ ਤੇ ਇੱਕ ਇੱਕ ਜਾਂਦੇ ਜਾਂਦੇ ਇੱਕ ਮੇਰਾ ਆਖਰੀ ਸਵਾਲ ਕਿ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅੱਜ ਵੀ ਫਰਕ ਸਮਝਦੇ ਆ 21ਵੀਂ ਸਦੀ ਦੇ ਵਿੱਚ ਆ ਕੇ ਧੀਆਂ ਤੇ ਪੁੱਤਰਾਂ ਦੇ ਵਿੱਚ ਉਹਨਾਂ ਦੀ ਤਾਂ ਮਾਨਸਿਕਤਾ ਹੀ ਇਹੋ ਜੀ ਹੈ ਜੀ ਉਹਨਾਂ ਨੂੰ ਕੌਣ ਸਮਝਾਉ ਉ ਤਾਂ ਉੱਪਰ ਵਾਲਾ ਹੀ ਕਰ ਸਕਦਾ ਹੈਗਾ ਜਦੋਂ ਹੁਣ ਐਡੇ ਪੜੇ ਲਿਖਿਆ ਹੁਣ ਅੱਜ ਦਾ ਯੁੱਗ ਤਾਂ ਹਰੇਕ ਬੰਦਾ ਹੀ ਪੜਿਆ ਲਿਖਿਆ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦੇ ਹਮ ਹਰੇਕ ਬੰਦਾ ਬੱਚਾ ਆਪਣੀ ਕਿਸਮਤ ਲਿਖਿਆ ਕੇ ਲੈ ਕੇ ਆਉਂਦਾ ਹੈ ਇਹਨੂੰ ਸਾਡਾ ਹਰ ਇੱਕ ਰਿਸ਼ਤੇਦਾਰ ਰਿਸ਼ਤੇਦਾਰੀ ਚ ਵੀ ਕੱਲੀ ਵਗ ਜਾਂਦੀ ਐ ਗੱਡੀ ਉੱਡੀ ਲੈ ਕੇ ਜਿਵੇਂ ਨੇੜੇ ਆ ਹਰੇਕ ਬੰਦਾ ਮੈਨੂੰ ਐਂ ਲ ਇਹਨ ਪੁਰਸਤੇਦਾਰ ਵੀ ਵੀ ਆਮਣਾ ਆ ਗਈ ਜਾਂ ਆਏਗੀ ਕਈ ਵਾਰੀ ਤਾਂ ਇਹਨੂੰ ਫੋਨ ਫੋਨ ਕਰਨਾ ਆਉਣਗੇ ਵੀ ਤੂੰ ਆ ਕੇ ਜਾਈ ਸਾਡੇ ਕੋਲ ਆ ਕੇ ਜਾਈ ਅਸੀਂ ਹਸਨ ਲੱਗ ਜਾਈਏ ਵੀ ਤੈਨੂੰ ਇਹ ਫੋਨ ਕਿਉਂ ਕਰੀ ਜਾਂਦੇ ਨੇ ਕੀ ਚੱਕਰਾ ਉਹ ਵੀ ਕਹਿੰਦੇ ਨੇ ਵੀ ਸਾਨੂੰ ਮਿਲ ਕੇ ਜਾਵੇ ਆਮਣਾ ਮਿਲ ਕੇ ਜਾਵੇ ਅੱਛਾ ਤੇ ਪਿੰਡ ਦੇ ਵਿੱਚ ਜਦੋਂ ਐਸਾ ਧੀ ਨਾਲ ਤੁਸੀਂ ਨਾਲ ਲੈ ਕੇ ਚੱਲਦੇ ਹੋ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹੋ ਧੀ ਦੇ ਤਾਂ ਪਿੰਡਾਂ ਪਿੰਡ ਦੇ ਵਿੱਚ ਹੋਰ ਵੀ ਕਿਸੇ ਨੂੰ ਸੇਧ ਆਈ ਹੈ ਕਿ ਅਸੀਂ ਵੀ ਆਪਣੀ ਧੀ ਨੂੰ ਇਦਾਂ ਪਾਲਣ ਪੋਸ਼ਣ ਕਰੀਏ ਆਪਣੀ ਧੀ ਨੂੰ ਉਹ ਅਗਲਾ ਹਰੇਕ ਨੂੰ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ ਜੀ ਬੱਚਿਆਂ ਨੂੰ ਕੋਈ ਕੱਢਦਾ ਹੀ ਨਹੀਂ ਅੰਦਰੋਂ ਇਹ ਕੱਢਣ ਦੇ ਕਾਰਨ ਹੀ ਇਹ ਕੁਝ ਹੋ ਰਿਹਾ ਹੈ ਮੈਂ ਤਾਂ ਕਹਿੰਦਾ ਵੀ ਜੇ ਬਾਹਰ ਨਾਲ ਹੁਣ ਅਸੀਂ ਤੇ ਸਾਡੇ ਵਾਲੀ ਪੀੜੀ ਸੀ ਅਸੀਂ ਉਦੋਂ ਆਪਣੇ ਮਾਂ-ਬਾਪ ਦੇ ਨਾਲ ਤੁਰਦੇ ਹੁੰਦੇ ਹੁਣ ਅੱਜ ਕੱਲ ਜਵਾਕਾਂ ਨੂੰ ਸੋਹਲ ਕਰ ਲਿਆ ਕੁੜੀਆਂ ਨੂੰ ਤਾਂ ਉਦੋਂ ਵੀ ਸੋਹਲ ਕਰ ਲਿਆ ਹੁਣ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹੁਣ ਇੱਕ ਦੋ ਕੁੜੀਆਂ ਨਹੀਂ ਗੀਆਂ ਖਿੱਚੀਆਂ ਨਹੀਂ ਸੀ ਨਾਲ ਉਹ ਆ ਜਾਂਦੀਆਂ ਨੇ ਬੇਚਾਰੀਆਂ ਪਰ ਹੁਣ ਉਹਨਾਂ ਦੇ ਜੀ ਮਾਂ-ਵਾਪਾ ਥੋੜਾ ਸਹਿਯੋਗ ਦੇਣ ਲਾ ਉਹਨਾਂ ਨੂੰ ਕਿਹੜਾ ਸਿੱਖਿਆ ਨਹੀਂ ਸਕਦੇ ਇਹਦੇ ਨਾਲ ਨੇ ਦੋ ਕੁੜੀਆਂ ਉਹ ਜਦੋਂ ਉਹਰੇ ਆ ਜਾਂਦੀਆਂ ਨੇ ਬੇਚਾਰੀਆਂ ਟਰੈਕਟਰ ਡਰੋਨ ਚਲਾਉਂਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਪਰ ਹੁਣ ਉਸ ਤੋਂ ਬਾਅਦ ਉਹਨਾਂ ਦੇ ਮਾਂ-ਵਾਪਾ ਦਾ ਵੀ ਥੋੜਾ ਜਿਹਾ ਫਰਜ਼ ਬਣਦਾ ਨਾ ਵੀ ਚਲੋ ਤੁਸੀਂ ਭਾਈ ਵੀ ਉਹ ਆਮਣਾ ਵੀ ਚੱਲ ਰਹੀ ਹੈ ਤੁਹਾਡੇ ਨਾਲ ਦੀ ਤੁਸੀਂ ਵੀ ਲਾਓ ਹੱਲਾ ਵੀ ਹੁਣ ਉਹਨਾਂ ਨੂੰ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਤੰਗੀ ਦੀ ਸੋਚ ਅਪਣਾਈ ਬੈਠੇ ਆ ਬਹੁਤ ਤੰਗੀ ਦੀ ਸੋਚ ਅਪਣਾਈ ਬੈਠੇ ਆ ਪਰਮਾਤਮਾ ਦਾ ਸ਼ੁਕਰ ਮਨਾਓ ਨਾ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਦੇਖੋ ਹੋਈ ਮਾਤਾ ਗੁਰੂ ਨਾਨਕ ਦੇਵ ਜੀ ਦੀ ਬੀਬੀ ਨਾਨਕੀ ਬੀਬੀ ਭਾਨੀ ਸਾਰੀਆਂ ਨੇ ਝਾਂਸੀ ਦੀ ਰਾਣੀ ਵਰਗੇ ਉਹਨਾਂ ਕਿਹੜਾ ਉਹ ਨਹੀਂ ਕੀਤੇ ਗਏ ਜਿਹੜੇ ਦਰੜਦੀਆਂ ਹੋ ਵੀ ਇਹ ਉਹਨਾਂ ਲੋਕਾਂ ਨੂੰ ਬੇਨਤੀ ਆ ਵੀ ਤੁਸੀਂ ਇਹ ਕੰਮ ਨਾ ਕਰੋ ਨਾ ਕਰੋ ਕਿਉਂ ਪਾਪਾਂ ਦੇ ਅਧਿਕਾਰੀ ਬਣਦੇ ਹੋ ਇਹਨੇ ਆਪਣੀ ਕਿਸਮਤ ਲਿਖਿਆ ਕੇ ਲਿਆਤੀ ਹੁੰਦੀ ਹਰਕਨੇ ਉਹ ਕੁੱਖਾਂ 'ਚ ਮਾਰਦੀ ਉਹ ਉੱਥੇ ਛਿੜਤੀ ਉਹ ਬਹੁਤ ਵੱਡੀ ਗਲਤੀ ਹੈ ਲੋਕਾਂ ਦੀ ਬਹੁਤ ਵੱਡੀ ਗਲਤੀ ਹੈ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੰਮ ਤੁਸੀਂ ਨਾ ਕਰੋ ਬਿਲਕੁਲ ਤੁਸੀਂ ਸਰਖਾਪ ਟੀਵੀ ਦੇ ਨਾਲ ਜੁੜੇ ਅਮਨ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਐਸੀ ਸਾਡੇ ਨਾਲ ਅਮਨਦੀਪ ਕੌਰ ਦੇ ਪਿਤਾ ਹਰਮਲਾਪ ਸਿੰਘ ਜੀ ਇਹਨਾਂ ਦਾ ਪਿੰਡ ਕਨੋਈ ਹੈ ਜ਼ਿਲ੍ਹਾ ਸੰਗਰੂਰ ਤੇ ਤਹਿਸੀਲ ਵੀ ਸੰਗਰੂਰ ਪੈਂਦੀ ਹੈ ਇਹ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜਿਹੜੀ ਤੰਗ ਸੋਚ ਹੋਈ ਹੋਈ ਹੈ ਉਹਨਾਂ ਦੀ ਤੰਗ ਸੋਚ ਇਸ ਕਰਕੇ ਹੋਈ ਹੈ ਕਿਉਂਕਿ ਆਲੇ-ਦੁਆਲੇ ਦੇ ਉਹ ਸਮਾਜ ਨੂੰ ਦੇਖਦੇ ਆ ਜੇ ਉਹ ਆਪਣੀਆਂ ਧੀਆਂ ਜਾਂ ਪੁੱਤਰਾਂ ਤੇ ਨਾਜ਼ ਕਰਨ, ਮਾਣ ਕਰਨ, ਜੇ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਵੇ ਕਿ ਜੋ ਤੁਸੀਂ ਕਰਨਾ ਹੈ, ਜੋ ਵੀ ਸੁਪਨਾ ਆਪਣਾ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਸੋਚਣਾ ਸੋਚਿਆ ਉਹ ਕਰਨਾ ਹੈ ਤਾਂ ਉਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਵੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਧੀ ਅਮਨਦੀਪ ਕੌਰ ਸੁੱਖਾਂ ਮੰਗ ਮੰਗ ਕੇ ਲਈ ਹੋਈ ਹੈ ਜਿਹੜੇ ਲੋਕ ਅੱਜ ਵੀ ਵਿਤਕਰਾ ਕਰਦੇ ਉਹ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਰ ਕੋਈ ਬੱਚਾ ਹਰ ਕੋਈ ਸੰਤਾਨ ਆਪਣੇ ਭਾਗ ਲਾ ਕੇ ਲਿਆਉਂਦਾ ਹੈ ਤੇ ਆਪਣੇ ਭਾਗਾ ਸਰਤੀ ਉਹਨੇ ਜਿਹੜੀਆਂ ਮੁਕੰਮਲ ਜਿਹੜੀਆਂ ਮੰਜ਼ਿਲਾਂ ਨੇ ਉਹ ਹਾਸਲ ਕਰਨੀਆਂ ਹੁੰਦੀਆਂ ਨੇ ਉਮੀਦ ਹੈ ਇਹ ਇੰਟਰਵਿਊ ਤੁਹਾਡੇ ਅੰਦਰ ਹੌਸਲਾ ਭਰੂਗੀ ਜਜ਼ਬਾ ਭਰੂਗੀ ਧੀਆਂ ਨੂੰ ਅੱਗੇ ਲੈ ਕੇ ਸਮਾਜ ਦੇ ਵਿੱਚ ਆਊਗੀ ਉਮੀਦ ਹੈ ਸਾਡੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ ਜੁੜੇ ਰਹੋ ਸਰਖਾਬ ਟੀਵੀ ਦੇ ਨਾਲ ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ ਧੰਨਵਾਦ